ਤਸਰੀਅਕਾਲ ਤੁਸੀਂ ਹੀ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਜੀ ਧੰਨਵਾਦ ਪੰਜਾਬ ਵਿਧਾਨ ਸਭਾ ਦਾ اجلاس ਪਹਿਲਾਂ ਹੀ ਸਵਾਲਾਂ ਦੇ ਵਿੱਚ ਕਿ ਸਿਰਫ 2 ਦਿਨ ਉਹ ਵੀ ਕੁਝ ਘੰਟਿਆਂ ਲਈ ਦੁਬਾਰੇ ਸ਼ੁਰੂ ਹੋਇਆ ਤੇ ਕੁਝ ਵੀ ਘੰਟਿਆਂ ਚ ਮੁੱਕ ਚਲਿਆ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਬਹੁਤ ਚਰਚਾ ਹੋਈ। ਕੁਮਰ ਵਿਜੇ ਪ੍ਰਤਾਪ ਨੇ ਹੋਰ ਜੋ ਕੁਝ ਕਿਹਾ ਉਸ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਆਡੀਓ ਵਾਇਰਲ ਕੀਤੀ ਕਿ ਆਖਰਕਾਰ ਮਸਲਾ ਕੀ ਹੈ? ਕੁਲਤਾਰ ਸਿੰਘ ਸੰਧਵਾ ਹੋਰਾਂ ਦਾ ਜੋ ਉਹਨਾਂ ਨੇ ਇੱਕ ਐਸਆਈ ਨੂੰ ਲੈ ਕੇ ਛੁੱਕਿਆ ਵਿਧਾਨ ਸਭਾ ਦੇ ਵਿੱਚੋਂ ਵੀ ਉਹ ਸੀਟ ਤੋਂ। ਫਿਰ ਦੂਜੀ ਗੱਲ ਇਹ ਕਿ ਹੁਣ ਦੂਜਾ ਦਿਨ ਸੈਸ਼ਨ ਦਾ ਮੁੱਖ ਮੰਤਰੀ ਸਾਹਿਬ ਆਏ ਕੁਝ ਸਮੇਂ ਦੇ ਲਈ ਉਹਨਾਂ ਨੇ ਜੋ ਕੁਝ ਪ੍ਰਗਟ ਸਿੰਘ ਹੋਰਾਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਾਂਗਾ ਆਓ ਆਪਾਂ ਮਸਲੇ ਦਾ ਹੱਲ ਕਰਾਂਗੇ ਵਾਤਾਵਰਨ ਦੀ ਗੱਲ ਕੀਤੀ ਗਈ ਪਰ ਕਿਸਾਨ ਗਰੂਹਾਂ ਤੇ ਬੈਠੇ ਨੇ ਉਹਨਾਂ ਬਾਰੇ ਕੋਈ ਬਹੁਤੀ ਚਰਚਾ ਉਸ ਢੰਗ ਦੇ ਨਾਲ ਜਿਵੇਂ ਕਰਨੀ ਬਣਦੀ ਸੀ ਜਾਂ ਜੋ ਕਰਨੀ ਚਾਹੀਦੀ ਹੈ ਉਹ ਨਜ਼ਰ ਨਹੀਂ ਆਈ ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ ਪਹਿਲਾਂ ਕੁਲਤਾਰ ਸਿੰਘ ਸੰਧਵਾ ਹੋਰਾਂ ਤੋਂ ਸ਼ੁਰੂ ਕਰਦੇ ਆ ਪ੍ਰੋਫੈਸਰ ਸਾਹਿਬ ਕੀ ਆਖਰਕਾਰ ਪੰਜਾਬ ਵਿਧਾਨ ਸਭਾ ਦਾ ਤਮਾਸ਼ਾ ਕਿਉਂ ਬੜਾਇਆ ਗਿਆ ਆਡੀਓ ਹੁਣ ਵਾਇਰਲ ਹੋ ਗਈ ਉਹ ਵੀ ਬਹੁਤ ਕੁਝ ਦਿਖਾਉਂਦੀ ਐ ਇਸ ਮਾਮਲੇ ਦੇ ਵਿੱਚ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜੋ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਉਹ ਤਾਂ ਸਿਰੇ ਹੀ ਲਾਉਂਦਾ ਐ ਕਿ ਆਖਰਕਾਰ ਚੱਲ ਕੀ ਰਹਿਤ ਚਲਾਕ ਕੌਣ ਰਿਹਾ ਦੇਖੋ ਇਹ ਤੇ ਗੱਲ ਕੋਈ ਦੋ رائے ਨਹੀਂ ਹੈ ਕਿ ਜਿਹੜੀ ਸੱਤਾ ਜਾਨੀ ਇੱਕ ਕਿਸੇ ਦਾ ਮਿਆਰੀ ਗੱਲਾਂ ਹੁੰਦੀਆਂ ਆ ਅਸੈਂਬਲੀ ਜਾਂ ਪਾਰਲੀਮੈਂਟ ਤੇ ਪਾਰਲੀਮੈਂਟ ਤੇ ਥੋੜੀ ਜਿਹੀ ਐਤਕੀ ਪੈਰਾਂ ਤੇ ਆਈ ਹੈ ਜਨੀ ਦੇ ਪਿਛਲੇ 5-7 ਸਾਲ ਤੇ ਬਹੁਤ ਬੁਰਾ ਹਾਲ ਸੀਗਾ ਹੁਣ ਕਿਉਂਕਿ ਪਾਵਰ ਦਾ ਬੈਲੈਂਸ ਹੋ ਗਿਆ ਕਰਕੇ ਪਾਰਲੀਮੈਂਟ ਤੇ ਐਤਕੀ ਕੁਝ ਬਿਲ ਵਾਪਸ ਹੋਏ ਕੁਝ ਕਈ ਕੁਛ ਥੋੜੇ ਚਰਚਾਵਾਂ ਜਿਹੜੀਆਂ ਚੰਗੀਆਂ ਹੋਈਆਂ ਹੈਲਦੀ ਡਿਸਕਸ਼ਨ ਸ਼ੁਰੂ ਹੋਈ ਹੈ ਪਰ ਸਾਡੀ ਅਸੈਂਬਲੀ ਤੇ ਬਿਲਕੁਲ ਹੀ ਕਿਉਂਕਿ ਇੱਕ ਪਾਸੜਾ ਆ 90 ਬੰਦੇ ਇੱਕ ਪਾਸੇ ਆ ਬਾਕੀ ਸਾਰੇ ਉਸ ਤਰ੍ਹਾਂ ਹੀ ਕੋ ਜੋਰ ਨਹੀਂ ਪੈਂਦਾ ਕਰਕੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਟੇਕਨ ਫॉर ਗ੍ਰਾਂਟਡ ਲਈਆਂ ਜਾਂਦੀਆਂ ਜਿਹਦਾ ਫਾਇਦਾ ਚੀਫ ਮਿਨਿਸਟਰ ਸਾਹਿਬ ਵੀ ਉਠਾਉਂਦੇ ਹੁਣ ਉਹਨਾਂ ਦੀਆਂ ਦੋ ਲੜਾਈਆਂ ਇੱਕ ਤੇ ਆ ਕਿ ਆਪੋ ਆਪਣਾ ਰੈਪਿਊਟੇਸ਼ਨ ਲੋਕਾਂ ਚ ਕਿਵੇਂ ਬਣਾ ਕੇ ਰੱਖਣਾ ਹੈ ਹਰ ਲੀਡਰ ਨੂੰ ਹੁੰਦਾ ਉਹ ਐਮਐਲਏ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਵਿੱਚ ਸਪੀਕਰ ਵਿੱਚ ਮਿਨਿਸਟਰ ਸਾਹਿਬਾਨ ਇੱਕ ਤੇ ਉਹ ਜਦੋਂ ਵੀ ਅਸੈਂਬਲੀ ਚ ਬੋਲਦੇ ਆ ਉਹ ਆਪੋ ਆਪਣੀ ਕਾਂਸਟਿਟੂਐਂਸੀ ਤੇ ਆਪੋ ਆਪਣੇ ਬੰਦਿਆਂ ਨੂੰ ਸੰਬੋਧਿਤ ਹੁੰਦੇ ਆ ਭਾਈ ਅਸੀਂ ਤਾਂ ਕਿ ਸਾਨੂੰ ਬਾਰ-ਬਾਰ ਵੋਟਾਂ ਪੈਂਦੀਆਂ ਰਹਿਣ ਇੱਕ ਤੇ ਉਹਨਾਂ ਦਾ ਧਿਆਨ ਦੂਜਾ ਹੈ ਕਿ ਜੋ ਹੁਣ ਇਸ ਵੇਲੇ ਕੋਲ ਹੈ ਉਹਦੇ 'ਚ ਵੱਡਾ ਹਿੱਸਾ ਕਿਵੇਂ ਮਿਲੇ ਕੇਕ ਦਾ ਸ਼ੇਅਰ ਵੱਡਾ ਮੈਨੂੰ ਕਿਵੇਂ ਮਿਲ ਜੇ ਜਿਹੜੀ ਹੋਣ ਵਾਲੀ ਸਰਕਾਰ ਬਣੀ ਚੀਫ ਮਿਨਿਸਟਰ ਤੇ ਚੀਫ ਮਿਨਿਸਟਰੀ ਆਉ ਉਹ ਕਹੇ ਹੁਣ ਹੱਥ ਪੈਣ ਦਿੰਦਾ ਉਹ ਵੀ ਭਗਵੰਤਮਾਨ ਵਰਗਾ ਚੀਫ ਮਿਨਿਸਟਰ ਤੇ ਥੱਲੇ ਕਈ ਇੱਧਰ ਉੱਧਰ ਹੁੱਜਾਂ ਤੇ ਆਰਾਮ ਵੱਜਦੀਆਂ ਰਹਿੰਦੀਆਂ ਉਹ ਆਪਾਂ ਨੂੰ ਇਸ ਸਟੇਜ ਤੇ ਕੋਈ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਪਤਾ ਹੀ ਆ ਕਿਹੜੇ-ਕਿਹੜੇ ਕੰਪੀਟੀਟਰ ਕਦੀ ਖੱਬਿਓਂ ਕਬੀ ਸੱਜਿਓਂ ਤੇ ਦਿੱਲੀ ਤੋਂ ਵੀ ਕਿਉਂਕਿ ਦਿੱਲੀ ਬਹੁਤੀ ਕੇਜਰੀਵਾਲ ਜਾਂ ਉੱਥੋਂ ਦੀ ਜਿਹੜੀ ਸੱਤਾ ਆਮ ਆਦਮੀ ਪਾਰਟੀ ਦੀ ਉਹ ਸ਼ੁਰੂ ਤੋਂ ਹੀ ਭਗਵੰਤ ਮਾਨ ਦੇ ਬਹੁਤਾ ਨਾਲ ਨਹੀਂ ਸੀ ਉਹ ਵੀ ਜਿਹੜੇ ਉਹਨਾਂ ਦੇ ਖਾਸਮ ਖਾਸ ਲਾਏ ਲਿਆ ਉਹਨਾਂ ਨੂੰ ਨਾਲ ਲੈ ਕੇ ਕੁਝ ਨਾ ਕੁਝ ਵੀ ਹੁੰਦਾ ਰਹੇ ਇਹ ਸਾਰਾ ਵੀ ਇੱਕ ਪੋਲਿਟਿਕਸ ਆਪਣੀ ਕਿਸਮ ਦੀ ਚੱਲ ਰਹੀ ਹੈ ਅੱਜ ਦੀ ਜਿਹੜੀ ਉਸੇ ਪਰਪੇਖਿਚ ਦੇਖੋ ਤੁਸੀਂ ਉਸੇ ਹੀ ਮਤਲਬ ਜਿਹੜੀ ਮੈਂ ਗੱਲ ਜਿਸ ਤਰ੍ਹਾਂ ਕਹਿ ਰਿਹਾ ਸੰਧਵਾ ਸਾਹਿਬ ਦੀ ਹੁਣ ਸੰਧਵਾ ਸਾਹਿਬ ਮੈਂ ਤੇ ਬੜਾ ਹੈਰਾਨ ਸੀ ਪੀ ਇਹ ਗੱਲ ਕਿੱਥੋਂ ਕੱਢ ਲਿਆਂਦੀ ਜਿਦ ਤਰ੍ਹਾਂ ਅਚਾਨਕ ਹੀ ਕੋਈ ਮੇਰੇ ਜੀ ਪਿੰਡ ਦੇ ਵਿੱਚ ਫਲਾਣੇ ਦੇ ਘਰ ਕੱਲ ਘਰ ਦੀ ਨੇ ਵੇਲਣਾ ਮਾਰਤਾ ਕਿਉਂਕਿ ਘਰ ਵਾਲਾ दारू ਪੀ ਕੇ ਆਇਆ ਸੀ ਇਹ ਗੱਲ ਨਹੀਂ ਕੀਤੀ ਉਥੇ ਅਸੈਂਬਲੀ ਚ ਕੀ ਕਰਨੀ ਆ ਵੀ ਇਹ ਗੱਲ ਮੈਨੂੰ ਦੱਸੋ ਉਸ ਪੱਤਰ ਦੀ ਗਾਲ ਇੱਕ ਥਾਣੇ ਦੀ ਲਿਆ ਕੇ ਕਿ ਇੱਕ ਬੂਡ ਸਿੰਘ ਐਸਆਈ ਆ ਉਹਨੇ ਬੈਂਕਰਾਂਈ ਪੈਸਾ ਕਿਸੇ ਗੈਂਗਸਟਰ ਤੋਂ ਲੈ ਲਿਆ ਐਫਆਈਆਰ ਦਰਜ ਹੋ ਗਈ ਆ ਤੇ ਇਹ ਦੱਸੋ ਵੀ ਉਹਦੇ ਤੇ ਕੀ ਐਕਸ਼ਨ ਹੋਣਾ ਚਾਹੀਦਾ ਤੇ ਇਹ ਸਲਾਹ ਮੰਗ ਰਹੇ ਪਬਲੀਕਲੀ ਤੁਸੀਂ ਪ੍ਰਾਈਵੇਟਲੀ ਲੈ ਲਓ ਤੁਹਾਡਾ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਤੁਸੀਂ ਅਸੈਂਬਲੀ ਚ ਕੋਈ ਰੈਜ਼ੋਲੂਸ਼ਨ ਪਾਉਣਾ ਹੈ ਕਿ ਐਸਆਈ ਤੇ ਕੋਮਰ ਵਿਜੇ ਪ੍ਰਤਾਪ ਨੂੰ ਮੌਕਾ ਲੱਗਣਾ ਚਾਹੀਦਾ ਹੈ ਕਹਿੰਦਾ ਜੀ ਮੈਂ ਤੇ ਕੋਈ ਤਿਆਰੀ ਤੇ ਹੋਰ ਕਰਕੇ ਆਇਆ ਜੀ ਮੈਂ ਡੰਡ ਬੈਠਕਾਂ ਤੇ ਹੋਰ ਜਗ੍ਹਾ ਅਪੀਲ ਦਾ ਰਿਹਾ ਤੁਸੀਂ ਮੈਨੂੰ ਵਿਸ਼ਾ ਕੋਈ ਹੋਰ ਦਿੱਤਾ ਫਿਰ ਮੈਂ ਦੱਸ ਦਿੰਨਾ ਕਿਉਂਕਿ ਮੇਰਾ 25 ਸਾਲ ਦਾ ਤਜਰਬਾ ਹੈ ਵਿਭਾਗਾਂ ਆ ਪੁਲਿਸ ਦਾ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਪੁਲਿਸ ਦੇ ਵਿੱਚ ਬਹੁਤ ਬੁਰਾ ਹਾਲ ਆ ਇਹਦੇ ਚ ਕੋਈ ਦੋ ਰਾਏ ਨਹੀਂ ਤੁਹਾਨੂੰ ਹਰ ਥਾਣੇ ਹਰ ਜਗ੍ਹਾ ਕ੍ਰਾਪਸ਼ਨ ਕਾਲੀਆਂ ਭੇਡਾਂ ਮਿਲ ਜਾਂਦੀਆਂ ਇਹਦਾ ਫਿਰ ਹਾਲੇ ਦਾ ਇਹ ਆ ਆ ਇੱਕ ਅਦਾ ਕੇਸ ਨਹੀਂ ਇਹ ਤੁਸੀਂ ਕੱਲਾ ਬੋਡ ਸਿੰਘ ਦੀ ਨਾ ਗੱਲ ਕਰੋ ਕਿਕਰ ਸਿੰਘ ਪਿੱਪਲ ਸਿੰਘ ਸਾਰਿਆਂ ਦੀਆਂ ਗੱਲਾਂ ਕਰੋ ਬਹੁਤ ਜਗ੍ਹਾ ਜਗ੍ਹਾ ਹੈ ਗਿਆ ਛੜਾ ਸਿੰਘ ਇਹ ਇਹ ਜਿਹੜੇ ਬੈਠੇ ਆ ਜਗ੍ਹਾ ਜਗ੍ਹਾ ਉਹਨਾਂ ਦਾ ਤੁਹਾਡਾ ਤਰੀਕਾ ਇੱਕੋ ਹੀ ਹੈ ਕਿ ਤੁਸੀਂ ਇਹਨਾਂ ਦੀਆਂ ਹਰ ਡੇਢ ਸਾਲ ਬਾਅਦ ਟਰਾਂਸਫਰ ਕਰੋ ਉਹਨੇ ਗਿਣਤੀ ਮਿੰਤੀ ਕਰਕੇ ਦੱਸਦੀ ਭੀ ਇਸ ਤਰੀਕੇ ਨਾਲ ਕਿ ਉਹ ਦੁਬਾਰਾ ਉਹਦੀ ਵਾਰੀ ਸਾਰੀ ਉਮਰ ਹੀ ਨਹੀਂ ਆਉਗੀ ਕਿ ਇੰਨੀ ਕਿ ਗਿਣਤੀ ਹੈਗੀ ਉਹਦਾ ਇਹਦਾ ਮਤਲਬ ਉਹ ਦਿਮਾਗ ਇਦھر ਨੂੰ ਅਪਲਾਈ ਕਰਦਾ ਕਿ ਜਿਹੜੇ ਚੈੱਕ ਮੀਟ ਕਿਵੇਂ ਕਰਨਾ ਤੇ ਬਸ 1.5 ਸਾਲ ਤੋਂ ਬਾਅਦ ਆਟੋਮੈਟਿਕ ਟ੍ਰਾਂਸਫਰ ਜੇ ਵੀ ਕਹਿੰਦਾ ਆਖੇ ਕੋਈ ਫਿਰੋਜ਼ਪੁਰ ਉਹਨੂੰ ਚਾਕੇ ਪਠਾਨਕੋਟ ਲਾ ਦਿਓ ਪਠਾਨਕੋਟ ਵਾਲੇ ਨੂੰ ਬਠਿੰਡੇ ਲਾ ਦਿਓ ਬਠਿੰਡੇ ਵਾਲੇ ਨੂੰ ਕਿਤੇ ਹੋਰ ਪਟਿਆਲੇ ਲੈ ਆਓ ਇਸ ਕਿਸਮ ਦਾ ਕਰੀ ਚਲੋ ਚੱਕਰ ਫੇਰੀ ਚਲੋ ਤਾਂ ਕਿ ਨੈਕਸਸ ਟੁੱਟੇ ਨੈਕਸਸ ਟੁੱਟ ਜੂਗਾ ਤੇ ਆਪੇ ਫਿਰ ਥੋੜਾ ਐਡਮਿਨਿਸਟ੍ਰੇਸ਼ਨ ਜਿਹੜਾ ਰੂਲ ਦੇ ਮਤਾਬਿਕ ਲਾਅ ਦੇ ਮਤਾਬਿਕ ਚੱਲੂਗਾ ਇਹ ਗੱਲ ਹੈ ਜੇ ਹੋਈ ਨਹੀਂ ਸੀ ਵਿਰੋਧੀਆਂ ਨੇ ਤੇ ਚੱਕਣਾ ਹੀ ਸੀਗਾ ਵਿਰੋਧੀਆਂ ਨੇ ਇਹ ਚੱਕ ਲਿਆ ਖਾਸ ਕਰ ਐਲੋਪੀ ਨੇ ਭਾਈਓ ਬਿਸ਼ਨੋਈ ਦਾ ਵੀ ਦੱਸੋ ਉਹ ਪੁਲਿਸ ਨੇ ਵੇਜਤ ਪੁਲਿਸ ਤੇ ਸਾਰੀ ਉਂਗਲੀ ਉਠੀ ਗਈ ਹੈ ਕਿ ਉਹ ਕਿਹੜੇ ਪੁਲਿਸ ਦੇ ਵਾਲੇ ਬੰਦੇ ਨੇ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਈ ਉਹ ਖਰੜ ਦੇ ਵਿੱਚ ਸੀਆਈਏ ਸਟਾਫ ਦੇ ਉੱਥੇ ਜੇ ਜਗ੍ਹਾ ਤੇ ਹੁਣ ਉਹ ਗੱਲਾਂ ਦਾ ਜਵਾਬ ਕਿੱਥੋਂ ਆਵੇ ਫਿਰ ਉਹ ਚੱਲੇ ਚੱਲੇ ਛੱਡੀ ਛੋਟੀ ਛੋਟੀ ਕਿਉਂਕਿ ਆਪਣੇ ਤੇ ਗੱਲ ਆਉਣ ਲੱਗੀ ਹੁਣ ਛੱਡੇਗਾ ਨੂੰ ਸਰਦਾ ਸਾਹਿਬ ਨੇ ਤੇ ਕੰਮ ਮੈਂ ਸਿਰੇ ਲਾਤਾ ਇੱਕ ਵੱਡੀ ਗੱਲ ਕੱਢਤੀ ਉਹ ਵੱਡਾ ਹੀ ਸੱਪ ਨਿਕਲ ਆਇਆ ਤੂੰ ਤੂੰ ਮੈਂ ਮੈਂ ਜਿਹੜੇ ਸਾਡੇ ਸੰਧਵਾ ਸਾਹਿਬ ਐ ਉਹਨਾਂ ਦਾ ਭਰਾ ਉਹਦੀ ਤੂੰ ਤੂੰ ਮੈਂ ਮੈਂ ਬੋੜ ਸਿੰਘ ਨਾ ਹੋ ਰਹੀ ਐ ਐਸਾ ਇਹਨਾਂ ਉਹ ਗੋਲ ਤੇ ਗੋਲ ਜਿਹੜੀ ਕਦੀ ਤੁਹਾਡੇ ਕੰਨ ਨਾ ਸੁਣ ਸਕਣ ਉਹ ਗਾਲਾਂ ਵਿੱਚ ਉਹ ਬੀਪ ਬੂਪ ਲਾ ਕੇ ਬੰਦ ਤੇ ਕੀਤੀਆਂ ਪਤਾਨੂੰ ਪਤਾ ਹੀ ਲੱਗ ਜਾਂਦਾ ਜਦੋਂ ਬੰਦਾ ਜਿੱਥੋਂ ਸ਼ੁਰੂ ਕਰਦਾ ਕਿ ਉਹ ਅੱਗੇ ਕਿੱਥੇ ਖਤਮ ਹੋਊਗੀ ਜਿੰਨੀਆਂ ਮਰਜ਼ੀ ਬੀਪਾਂ ਲਾ ਦਿਓ ਉਹ ਗਾਲਾਂ ਬੜੀਆਂ ਉਹਨੂੰ ਇਹ ਐਸਾ ਹੀ ਉਹ ਤਰਲੇ ਉਹ ਤੇ ਰਿਕਾਰਡ ਕਰ ਰਿਹਾ ਹੈ ਅੱਛਾ ਪ੍ਰੋਫੈਸਰ ਇੱਥੇ ਇੱਥੇ ਆਪਾਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਆਡੀਓ 3 ਕੁ ਮਹੀਨੇ ਪਹਿਲਾਂ ਲੋਕ ਆਵਾਜ਼ ਟੀਵੀ ਦੇ ਉੱਤੇ ਨਸ਼ਰ ਹੋਈ ਸੀ ਤੇ ਉੱਥੇ ਇਹ ਵੀ ਦਾਵਾ ਕੀਤਾ ਗਿਆ ਸੀਗਾ ਕਿ ਉਹ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਰੌਲਾ ਬਹੁਤ ਪਿਆ ਹੁਣ ਵੀ ਰੌਲਾ ਉਸੇ ਆਡੀਓ ਦਾ ਪੈ ਗਿਆ ਹੈ ਹਾਂ ਪਤਾ ਨਹੀਂ ਹੈ ਮਤਲਬ ਹੋ ਰਹੀ ਹੈ ਪੁਸ਼ਟੀ ਕਿ ਨਹੀਂ ਹੋ ਰਹੀ ਪਰ ਜਦੋਂ ਖੈਰਾ ਸਾਹਿਬ ਦੇ ਹੱਥ ਲੱਗ ਗਏ ਤੇ ਪੁਸ਼ਟੀ ਸਮਝੋ ਹੁਣ ਖੈਰਾ ਜਾਣੇ ਤੇ ਜਾ ਲੋ ਲੋਕਾਂ ਕੋ ਆਵਾਜ਼ ਲੋਕਾਂ ਬਾਜੀ ਹੈ ਨਾ ਹਾਂ ਉਹ ਉਹ ਜਾਣੇ ਤੇ ਕੰਮ ਤੇ ਸ਼ੁਰੂ ਹੋ ਗਿਆ ਪਰ ਕਿਉਂਕਿ ਪਬਲਿਕ ਚ ਆਈ ਹੋਈ ਹੈ ਜਾਣਦੇ ਹੋ ਨਾ ਕਰਨ ਕਿਉਂ ਡਿਸਕਲੇਮ ਕਰਨ ਤੇ ਇਸ ਲਈ ਇਹ ਜਿਹੜਾ ਆ ਜਿਆਦਾ ਜਿਹੜੀ ਸਾਰੀ ਚਰਚਾ ਦਾ ਵਿਸ਼ਾ ਬਣ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਗੱਲ ਆ ਉਹ ਉਹਨੇ ਕਿਤੇ ਰਿਕਾਰਡ ਕਰ ਲਈ ਲੱਗਦੇ ਆ ਬੋਰਡ ਸਿੰਘ ਨੇ ਕਿਉਂਕਿ ਉਹਨਾਂ ਕੋਲ ਸਾਧਨ ਹੁੰਦੇ ਆ ਉਹ ਨੂੰ ਕਹਿੰਦਾ ਕਿ ਤੂੰ ਮੇਰਾ ਕੰਮ ਨਹੀਂ ਕਰਦਾ ਤੂੰ ਤੇ ਸਾਡੇ ਵਰਕਰ ਭਜਾ ਤਿਆ ਤੂੰ ਤੇ ਸਾਡਾ ਪਠਾ ਬਿਠਾਤਾ ਬਾਕੀ ਇਹ ਸ਼ਬਦ ਨਹੀਂ ਗਿਆ ਗਿਆ ਇਹ ਸ਼ਬਦ ਗਾਲਾਂ ਦੇ ਹਾਰ ਪਾਏ ਆ ਬੋੜ ਸਿੰਘ ਦੇ ਬੋੜ ਸਿੰਘ ਦਾ ਤੇ ਮੇਰਾ ਗਾਲ ਗਾਲ ਤੇ 100 ਹਾਰ ਪੈ ਗਿਆ ਹੁਣ ਗਾਲਾਂ ਦਾ ਪਰ ਉਹ ਸਾਰਾ ਹੀ ਉਹਨੇ ਕੱਢ ਕਢਾ ਕੇ ਗੱਲ ਇਹ ਨਿਕਲੀ ਕਿ ਫੇਰ ਖੈਰੇ ਨੇ ਗੱਲ ਸਾਰੀ ਚੱਕੀ ਬਈ ਤੁਸੀਂ ਨਿੱਜੀ ਜਿਹੜੇ ਆਪਣੀ ਖੇੜਿਆ ਤੁਹਾਡੇ ਭਰਾ ਦੀ ਮਦਦ ਕਰਨ ਲਈ ਜਾਂ ਪਾਰਟੀ ਦਾ ਕਿਸੇ ਤੁਸੀਂ ਇੱਕ ਬੰਦੇ ਤੇ ਆ ਇੱਥੇ ਕੇਸ ਲਿਆ ਕੇ ਸਾਰੀ ਪੁਲਿਸ ਦਾ ਜਾ ਤੇ ਸਾਰੀ ਪੁਲਿਸ ਦਾ ਪਾਲਿਸੀ ਦਾ ਲੈ ਕੇ ਆਓ ਇਹ ਅਸੈਂਬਲੀ ਕੋਈ ਨਿੱਜੀ ਕਿੜਾ ਕੱਢਣ ਲਈ ਆ ਇਹ ਕਾਫੀ ਗੱਲ ਚੱਲੀ ਕਾਫੀ ਪਰਸਨਾ ਹੋਈ ਹੁਣ ਮੈਨੂੰ ਲੱਗਦਾ ਕਿ ਫੈਸ਼ਨ ਜਿਹੜਾ ਨਵਾਂ ਆਊਗਾ ਅੱਜ ਉਰਚ ਦੇਖਦੇ ਆ ਕਿ ਸੰਧਵਾ ਕੁਲਤਾਰ ਸਿੰਘ ਸਦਮਾ ਆਪ ਦਾ ਕੀ ਜਵਾਬ ਦਿੰਦੇ ਆ ਭਰਾ ਬਾਰੇ ਕੀ ਕਹਿੰਦੇ ਆ ਤੇ ਬੋਡ ਸਿੰਘ ਦੇ ਜਿਹਨੇ ਡੀਡੀਆਰ ਕੱਟਤੀ ਜਿਹਨੇ ਗਾਲਾਂ ਕੱਢੀਆਂ ਇਹਦੇ ਭਰਾ ਦੇ ਵਿਰੁੱਧ ਉਹ ਵੀ ਹੁਣ ਗਾਂ ਤੇ ਗਾਂ ਕੇ ਇਸ ਤੇ ਚੱਲੂਗਾ ਮੈਨੂੰ ਲੱਗਦਾ ਕਿ ਇਹ ਤੇ ਐਵੇਂ ਭੁੰਡਾਂ ਦੀ ਖਖੜ ਛੇੜ ਕੇ ਕਲਤਾਰ ਸਿੰਘ ਸੰਧਵਾ ਬੈਠ ਗਿਆ ਆਪਣੀ ਵੱਲੋਂ ਤੇ ਹਿਸ਼ਿਆਰੀ ਮਾਰੀ ਸੀ ਉਹ ਮਹਿੰਗੀ ਪੈ ਗਈ ਹੈ ਅੱਗੇ ਦੇਖੋ ਹੁਣ ਅਸੈਂਬਲੀ ਦੇ ਵਿੱਚ ਖੰਭ ਖੋਣ ਵਾਲੇ ਬੈਠੇ ਆ ਵਿਰੋਧੀ ਪਾਰਟੀ ਦਾ ਭਾਵੇਂ ਜਿੰਨੀਆਂ ਮਰਜੀ ਥੂੜੀਆਂ ਹੋਣ ਪਰ ਉਹ ਤਖੜੇ ਆ ਉਹਨਾਂ 'ਚ ਕਈ ਬੰਦੇ ਤਖੜੇ ਆ ਉਹ ਹੁਣ ਜਫਮ ਜਫਾ ਹੋ ਸਕਦਾ ਕੱਲ ਹੋਣਗੇ ਰਹੀ ਗੱਲਾਂ ਬਾਕੀ ਇਹ ਤੇ ਹੋ ਗਈ ਕਰਪਸ਼ਨ ਦੀ ਕੁੰਮਰ ਵਿਜੇ ਪ੍ਰਤਾਪ ਦੀ ਤੇ ਕਲਤਾਰ ਸੰਧਵਾ ਦੀ ਤੁਸੀਂ ਨਾਲ ਹੀ ਗੱਲ ਛੇੜੀ ਹੈ ਕਿਸ ਹਨਾ ਦੀ ਉਹ ਮੁੱਦੇ ਵੱਡੇ ਮੁੱਦੇ ਵਿਧੇ ਆ ਜੇ ਤੁਸੀਂ ਨਾਲੋ ਨਾਲ ਡਿਸਕਸ ਕਰਨੀ ਹੈ ਤੇ ਆਪਾਂ ਕਰ ਸਕਦੇ ਹਾਂ ਨਹੀਂ ਪਰ ਇੱਥੇ ਸਵਾਲ ਇਹ ਸੀਗਾ ਕਿ ਕੁਮਰ ਵਿਜੇ ਪ੍ਰਤਾਪ ਨੇ ਜਿਵੇਂ ਮਾਫੀਆ ਨੂੰ ਲੈ ਕੇ ਕਿਹਾ ਕਿ ਉਹ ਸਾਰਾ ਕੁਝ ਉਹਨਾਂ ਦੇ ਹੱਥੋਂ ਹੀ ਰਨ ਹੁੰਦਾ ਸਰਕਾਰਾਂ ਤੇ ਐਵੇਂ ਨਾਮ ਦੀਆਂ ਇਹ ਤੇ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਉਹ ਸਾਰੀਆਂ ਪਾਲਿਸੀਆਂ ਬਣਾਉਂਦੇ ਹੋਣੇ ਜਾਂ ਉਹੀ ਸਾਰਾ ਕੁਝ ਤੈਅ ਕਰਦੇ ਹੋਣੇ ਸਾਰਾ ਕੁਝ ਇਹ ਇਹ ਲੋਕਾਂ ਦੇ ਸਾਹਮਣੇ ਵੀ ਲੋਕ ਵੀ ਸਵਾਲ ਚੁੱਕਦੇ ਨੇ ਬਾਕੀ ਰਹੀ ਇਹਨਾਂ ਦੀ ਅੰਦਰੂਨੀ ਖਾਨਾ ਜੰਗੀ ਉਹ ਸਭ ਦੇ ਸਾਹਮਣੇ ਹੀ ਹੈ ਹੁਣ ਕੁਲਤਾਰ ਸਿੰਘ ਸੰਧਵਾਏ ਦੇ ਉੱਤੇ ਕੀ ਜਵਾਬ ਦੇਣਗੇ ਜਾਂ ਫਿਰ ਕੀ ਉਹਨਾਂ ਦੀ ਕੋਈ ਡੀਜੀਪੀ ਸਾਹਿਬ ਉਹਦਾ ਨਹੀਂ ਸੁਣਦੇ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਜਨਤਕ ਤੌਰ ਦੇ ਉੱਤੇ ਵਿਧਾਨ ਸਭਾ ਦੀ ਸੀਟ ਤੋਂ ਇਹ ਗੱਲ ਕਹਿਣੀ ਪਈ ਇਹ ਵੀ ਬਹੁਤ ਤਰੀਕੇ ਦੇ ਸਵਾਲ ਨੇ ਅਗੇ ਮੁੱਖ ਮੰਤਰੀ ਸਾਹਿਬ ਦੀ ਗੱਲ ਹੈ ਕਿ ਉਹ ਆਏ ਪ੍ਰਗਟ ਸਿੰਘ ਹੋਰਾਂ ਨੂੰ ਜਵਾਬ ਦਿੰਦਾ ਕਿ ਅਸੀਂ ਤਾਂ ਜੀ ਉਹ ਬੁੱਡੇ ਨਾਲੇ ਦੀ ਵੀ ਐਗਜ਼ਾਮਪਲ ਨਾਲ ਹੀ ਦੇਤੀ ਕਿ ਦੇਖੋ ਜੀ ਅਸੀਂ ਬਹੁਤ ਸੀਰੀਅਸ ਐ ਇਸ ਮਾਮਲੇ ਨੂੰ ਲੈ ਕੇ ਖਾਸ ਗੱਲ ਇਹ ਹੈ ਕਿ ਆਖਿਰਕਾਰ ਕਾਰਨ ਕੀ ਹੈ ਕਿ ਸਰਕਾਰ ਦਾ ਹੱਥ ਉੱਥੇ ਤੱਕ ਕਿਉਂ ਨਹੀਂ ਪੈਂਦਾ ਇਹਨਾਂ ਦੇ ਐਮ.ਐਲ.ਏ ਨੇ ਗੁਰਪ੍ਰੀਤ ਗੋਗੀ ਹੋਰਾਂ ਨੇ ਤਾਂ ਨਹੀਂ ਪੱਥਰ ਵੀ ਢਾਹਤਾ ਸੀਗਾ ਵੀ ਗਿਆ ਕਿੱਥੇ ਪੈਸਾ ਅਸੀਂ ਲੋਕਾਂ ਨੂੰ ਕੀ ਜਵਾਬ ਦਈਏ 650 ਕਰੋੜ ਜਿਹੜਾ ਆਇਆ ਸੀਗਾ ਕਿਵੇਂ ਅਫਸਰ ਇਹਨਾਂ ਦੀ ਸੁਣਦੇ ਨਹੀਂ ਤਾਂ ਬੁੱਡੇ ਨਾਲੇ ਨੂੰ ਲੈ ਕੇ ਪ੍ਰਦਰਸ਼ਨ ਹਰ ਰੋਜ਼ ਹੋ ਰਹੇ ਨੇ ਲਗਾਤਾਰ ਉਹ ਜਿਹੜੇ ਪਦਰਸ਼ਨਕਾਰੀ ਨੇ ਉਹ ਲੱਗੇ ਹੋਏ ਨੇ ਕਿ ਆਖਿਰਕਾਰ ਕਦੋਂ ਹੱਲ ਕੱਢੋਗੇ ਢਾਈ ਪੌਣੇ 3 ਸਾਲ ਹੋ ਗਏ ਤੇ ਇਹ ਪ੍ਰਗਟ ਸਿੰਘ ਹੋਰਾਂ ਨੂੰ ਕਹਿ ਰਹੇ ਨੇ ਕਿ ਮੈਂ ਤੁਹਾਡੇ ਨਾਲ ਜਦੋਂ ਜਲੰਧਰ ਆਇਆ ਆਪਾਂ ਇਕੱਠੇ ਚੱਲਾਂਗੇ ਵਾਤਾਵਰਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਅਸੀਂ ਬਹੁਤ ਸੀਰੀਅਸ ਆ ਅਸੀਂ ਤੇ ਉਹ ਪ੍ਰਣਾਲੇ ਜਿੰਨੇ ਵੀ ਮਤਲਬ ਲਾ ਲਓ ਕਿ ਉਹ ਸਾਰਾ ਕੁਝ ਖੋਲ ਦਿੱਤਾ ਜਿੰਨੀਆਂ ਵੀ ਕੱਸੀਆਂ ਸੀਗੀਆਂ ਗੱਲ ਇਹ ਕਿ ਇਹ ਨਾ ਬਸ ਐਂ ਜਿਵੇਂ ਬੰਦਾ ਕੋਈ ਤੁਰਿਆ ਜਾਵੇ ਉਹਨੂੰ ਮੱਛਰ ਵੱਢ ਜੇ ਜੋ ਉਹਨੂੰ ਖੁਰਕ ਜੇ ਉਹ ਬੜਾ ਤੰਗ ਹੁੰਦਾ ਵੀ ਮਛਰ ਬੜਾ ਖੁਰਕ ਕਰਦਾ ਤੇ ਅੰਗ ਸੱਪ ਦੇ ਜੇ ਉਹ ਮਛਰ ਤੇ ਭੁੱਲ ਲੇ ਉਹ ਭੱਜ ਲੈਂਦਾ ਉਹ ਮਛਰ ਮੁੱਛਰ ਵਿੱਚ ਹੀ ਰਹਿ ਜਾਂਦਾ ਤੇ ਇਹ ਜਿਹੜੀ ਗੱਲ ਆ ਨਾ ਇਹ ਤੇ ਕਲਾਕਾਰ ਜਿਹੜਾ ਤਾਂ ਸਾਡਾ ਪਿੰਦਾ ਭਗਵੰਤਮਾਨ ਹੈ ਉਹਨੇ ਤੇ ਸਿਰੇ ਹੀ ਲਾਤੀ ਅੱਜ ਦੀ ਕਹਾਣੀ ਸਵਾਲ ਤੇ ਬੜਾ ਜ਼ਰੂਰੀ ਸਵਾਲ ਆ ਕਿ ਤੁਹਾਡੇ ਆਪਣੇ ਐਮਐਲਏ ਨੇ ਥੌੜਾ ਲੈ ਕੇ ਤੁਹਾਡਾ ਲਾਇਆ ਹੋਇਆ ਨਹੀਂ ਪੱਥਰ ਜੇ ਤੇ ਚੋਦਾ ਨਾਮ ਵੀ ਹੈਗਾ ਉਹ ਤੋੜ ਦਿੱਤਾ ਆ ਉਹ ਇਹਸ ਕਰਕੇ ਕਹਿੰਦਾ ਮੇਰੇ ਕੋਲ ਲੋਕ ਸਵਾਲ ਦਾ ਜਵਾਬ ਪੁੱਛਦੇ ਆ ਵੀ 650 ਕਰੋੜ ਰੁਪਇਆ ਆ ਪਾਣੀ ਹੋਰ ਪਹਿਲਾਂ ਨਾਲੋਂ ਕਾਲਾ ਹੋ ਗਿਆ ਇਹਦਾ ਜਵਾਬ ਕੀ ਹੈ 25 ਸਾਲ ਸਰਕਾਰ ਨੂੰ ਹੋ ਗਿਆ ਇੱਥੇ ਕੋਈ ਤਰੱਕੀ ਹੈ ਹੀ ਨਹੀਂ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਸਾਡੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਮੈਂ ਤੋੜਦਾ ਹਾਲਾਂਕਿ ਸਰਕਾਰੀ ਪ੍ਰਾਪਰਟੀ ਨੂੰ ਕੋਈ ਵੀ ਬੰਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਉਹਦੇ ਤੇ ਕੇਸ ਹੋ ਸਕਦਾ ਪਰ ਉਹਨੇ ਤੇ ਐਨ ਵੀਡੀਓ ਬਣਾ ਕੇ ਛੱਡੀ ਆ ਇਹ ਸਵਾਲ ਆ ਉਨ੍ਹਾਂ ਨੇ ਅੱਗੇੋਂ ਜਵਾਬ ਇਸ ਗੱਲ ਦਾ ਕਿ ਦਿੱਤਾ ਦੋ ਜਵਾਬ ਦਿੱਤੇ ਇੱਕ ਤੇ ਦੇਖੋ ਜੀ ਅਸੀਂ ਤਾਂ ਫਿਰ ਪਾਣੀ ਬੜਾ ਸਾਫ਼ ਦੇ ਰਹੇ ਹਾਂ ਮਤਲਬ ਤੋਂ ਉਹ ਨਾ ਕਿਤੇ ਜੇ ਵੀਡੀਓ ਹੀ ਸੁਣਾ ਦੋ ਤੇ ਆਪ ਹੀ ਲੋਕੀ ਨਾਲੇ ਹਾਸ ਲੈਣਗੇ ਨਾਲੇ ਸਮਝ ਲੈਣਗੇ ਤੇ ਇਹ ਹੋਇਆ ਜੀ ਜਵਾਬ ਓਏ ਅਸੀਂ ਤੇ ਐਂ ਨਹੀਂ ਅਸੀਂ ਤੇ ਦੇਖੋ ਜੀ ਨਹਿਰੀ ਪਾਣੀ ਅਸੀਂ ਫਲਾਣਾ ਪਾਣੀ ਨਹਿਰੀ ਪਾਣੀ ਕਹਿੰਦਾ 27% ਪਹਿਲਾਂ ਸੀ ਅਸੀਂ 75% ਕਰਤਾ ਮੈਂ ਨੋਟ ਕੀਤਾ ਤੁਸੀਂ ਦੁਬਾਰਾ ਸੁਣ ਲਿਓ ਐ ਨਹੀਂ ਐ ਨਹੀਂ ਪਤਾ ਨਹੀਂ ਤੁਸੀਂ ਅਸੈਂਬਲੀ ਚ ਬੋਲ ਰਹੇ ਹੋ ਕਿ ਤੁਸੀਂ ਇੱਥੇ ਸੜਕ ਤੇ ਖੜੇ ਬੋਲ ਰਹੇ ਹੋ ਕਿਤੇ ਕਿਦੇ ਪੰਚਰ ਲਵਾਉਣ ਵਾਲੀ ਦੁਕਾਨ ਤੇ ਜਿੱਥੋਂ ਤੁਹਾਡੇ ਤੁਸੀਂ ਆਪਣੀਆਂ ਪਾਲਥੀਆਂ ਬਣਾਇਆ ਕਰਨੀ ਆ ਸੀ ਅਸੈਂਬਲੀ ਚ ਕੋਈ ਰੋਕਣ ਵਾਲਾ ਤੇਰੀ ਪੁੱਛਣ ਵਾਲਾ ਵੀ ਨਹੀਂ ਭਾਈ ਕਿਹੜਾ ਤੁਸੀਂ 75% ਜਿਹੜਾ ਇਰੀਗੇਸ਼ਨ ਇਹਦੇ ਥੱਲੇ ਕਰਤੀ ਆ ਨਹਿਰ ਤੇ ਨਹਿਰ ਅਜੇ ਹੈ ਹੀ ਨਹੀਂ ਉਹ ਬਾਜਵੇ ਨੇ ਸਹੀ ਕਿਹਾ ਕਿਸੇ ਹੋਰ ਬੰਦੇ ਨੇ ਵੀ ਕਿਹਾ ਕਿ ਭਾਈ ਨਹਿਰ ਤੇ ਅਜੇ ਨਾ ਤੇ ਪੈਸਾ ਹੈ ਨਹਿਰ ਕਿੱਥੋਂ ਬਣਨੀ ਆ ਕਾਗਜ਼ਾਂ ਦੇ ਵਿੱਚ ਡ੍ਰੈਗ ਵੀ ਨਹੀਂ ਹੈ ਅਜੇ ਤੇ ਜਿਹੜੀ ਗੱਲਾਂ ਆ ਕੇ ਬਾਦਨਾ ਦੀ ਹਿੱਕ ਤੋਂ ਬਣਾਉਣੀ ਆ ਬਸ ਆ ਗੱਲਾਂ ਕਿਉਂਕਿ ਗਿੱਦੜ ਬਾਹੇ ਦੀ ਗਾ ਚੂਣ ਕਰਾਉਣੀ ਆ ਉੱਥੇ ਪਾਣੀ ਲਿਜਾਣਾ ਸਾਰਿਆਂ ਨੂੰ ਆ ਦੇਣਾ ਆ ਦੇਣਾ ਆ ਦੇਣਾ ਉਹ ਰੋਲਾ ਪਾਉਣ ਲਈ ਗੱਲ ਕਿਤੇ ਕੁਝ ਠਰਾਤਲ ਤੇ ਹੈ ਨਹੀਂ ਉਹ ਤੇ ਵੈਸੇ ਵੀ ਰੋਲਾ ਪੈ ਗਿਆ ਸੈਂਟਰ ਨੇ ਆ 6 ਤਰੀਕ ਨੂੰ ਨਾਰਥ ਜ਼ੋਨ ਦੀ ਮੀਟਿੰਗ ਹੋਣੀ ਆ ਉਹਦੇ ਚੋਂ ਗੱਲ ਰੱਖਣੀ ਆ ਕਿ ਸਟੇਟ ਦੇ ਵਿੱਚ ਕਿਵੇਂ ਕਰ ਸਕਦੇ ਆ ਫਲਾਣਾ ਟਮਕਾਣਾ ਹਾਲਾਂਕਿ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਵੀ ਅਸੈਂਬਲੀ 'ਚ ਡਿਸਕਸ ਕਰਨਾ ਚਾਹੀਦਾ ਕਿ ਸੈਂਟਰ ਕੌਣ ਹੁੰਦਾ ਪੰਜਾਬ ਦੇ ਪਾਣੀਆਂ ਦੇ ਗੱਲ ਉਹ ਜੀ ਫਲਾਣਾ ਪਾਣੀ ਟਮਕਾਣਾ ਹੁੰ ਰਹੀ ਜਦੋਂ ਨਾਲੇ ਬੁੱਢੇ ਨਾਲੇ ਦੀ ਗੱਲ ਆਈ ਹਾ ਦਾ ਲਗਾਪਾ ਮਾਰ ਤੋਂ ਬਾਅਦ ਇਹ ਤੇ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਸੀ ਪੋਜ਼ਿਟਿਵ ਉਹਨੂੰ ਲੱਗਾ ਵੀ ਮੈਨੇ ਸਵਾਲ ਤੇ ਇਰੀਗੇਸ਼ਨ ਦਾ ਨਹੀਂ ਸੀ ਪੁੱਛਿਆ ਸਵਾਲ ਤੇ ਪਾਣੀ ਪੋਲੀੂਸ਼ਨ ਦਾ ਪੁੱਛਿਆ ਸੀ ਉਹ ਫਿਰ ਬੁੱਢੇ ਨਾਲੇ ਤੋਂ ਸ਼ੁਰੂ ਕਰਕੇ ਮਾੜਾ ਜਿਹਾ ਕਹਿ ਕੇ ਚਲਾ ਗਿਆ ਉਧਰ ਫਿਰੋਜ਼ਪੁਰ ਇਹ ਜੀ ਸੁਖਬੀਰ ਬਾਦਲ ਦੀ ਸੀਗੀ ਉੱਥੇ ਕਾਂਸਟਿਟੂਐਂਸੀ ਤੇ ਇੱਕ ਫਲਾਣੇ ਹੋਰ ਮਿਨਿਸਟਰ ਦੀ ਸੀ ਇਹਨਾਂ ਨੇ ਕੀ ਕੀਤਾ ਉੱਥੋਂ ਪਾਣੀ ਇੱਥੋਂ ਗਿਆ ਗੰਦਾ ਪਾਣੀ ਬਹੁਤ ਦੂਰ ਤੱਕ ਜਾਂਦਾ ਬਹੁਤ ਮਾੜਾ ਆ ਬੁੱਢੇ ਨਾਲੇ ਦਾ ਪਾਣੀ ਇੱਕ ਕਸੂਰ ਚਲੇ ਜਾਂਦਾ ਕਸੂਰ ਤੇ ਉਥੇ ਟੈਨਰੀਜ਼ ਲੱਗੀਆਂ ਉਥੋਂ ਵਾਪਸ ਹੋ ਕੇ ਫੇਰ ਆ ਜਾਂਦਾ ਆ ਪਿੰਡ ਆ ਖਲਾਨਾ ਰੇਤਾ ਠਾਣਾ ਰੇਤਾ ਪੰਜ ਛੇ ਪਿੰਡ ਗਣ ਜਾਂਦਾ ਕਿਦਾ ਆ ਜੱਖਣ ਸਾਹਬ ਨੂੰ ਨਹੀਂ ਬੈਠੇ ਆ ਇਹਨਾਂ ਨੂੰ ਪੁੱਛੋਗੇ ਉਹ ਪਿੰਡ ਹੈਗੇ ਆ ਪਿੰਡ ਜਿੱਤਰਾ ਕਲਿਆਣ ਨਹੀਂ ਕਰਨੀ ਅਧਿਕਾਰਤੀ ਕਲਿਆਣ ਮਤਲਬ ਪੰਜ ਛੇ ਸੱਤ ਪਿੰਡਾਂ ਦਾ ਨਾਮ ਲੋਕ ਵੀ ਵੀਲ ਚੇਰ ਤੇ ਫਿਰਦੇ ਆ ਭਾਈ ਤੈਨੂੰ ਤੇ ਵੀਲ ਚੇਰ ਛਡਾਉਣ ਲਈ ਗੱਲ ਕਹੀ ਹੈ ਤੈਨੂੰ ਸਵਾਲ ਕੀ ਕੀਤਾ ਤੂੰ ਉਹਦੇ ਨਾਲ ਅੱਗਾ ਐਡਾ ਡਰਾ ਕੇ ਰੱਖਦਾ ਵੀ ਬੰਦੇ ਤੇ ਮਰਨ ਹੀ ਆਲੇ ਆ ਤੋ ਲੋਕ ਭੁੱਲ ਗਏ ਬੁੱਢਾ ਨਾਲਾ ਉਹ ਕਸੂਰ ਜਾਵੜ ਕਸੂਰ ਭੇਜਦੇ ਲੋਕਾਂ ਨੂੰ ਉੱਥੇ ਦੀ ਟੈਨਰੀ ਦਾ ਪਾਣੀ ਕਹਿੰਦਾ ਹੋਰ ਕਾਲਾ ਹੋ ਜਾਂਦਾ ਉਹ ਪਾਣੀ ਹੋਇਆ ਮੈਂ ਨਲਕੇ ਲਾਇਆ ਤੁਸੀਂ ਕੀ ਕੀਤਾ ਯਾਰ ਕਿੱਥੇ ਦੀ ਕਿੱਥੇ ਗੱਲ ਪ ਜਾ ਮੈਂ ਉੱਥੇ ਨਲਕੇ ਲਾਇਆ ਗਰੀਬ ਲੋਕ ਨਲਕੇ ਨਹੀਂ ਲਾ ਸਕਦੇ ਮੈਂ ਉਦੋਂ ਲਾਇਆ ਜਦੋਂ ਮੈਂ ਅਜੇ ਐਮਐਲਏ ਵੀ ਨਹੀਂ ਸੀ ਆਪਣੀ ਖੱਲ ਬਚਾ ਲਈ ਸਰਕਾਰ ਦਾ ਅੱਜ ਚੀਫ ਮਿਨਿਸਟਰ ਕੋਈ ਜਵਾਬ ਨਹੀਂ ਦਿੱਤਾ ਜਿਹੜਾ ਦਿੱਤਾ ਉਹ ਝੂਠ ਬੋਲਿਆ ਇਹ ਕਿਸ ਤਰੀਕੇ ਦੇ ਟੀਮ ਮਿਨਿਸਟਰ ਬਣ ਗਿਆ ਤੇ ਕਿਸ ਤਰ੍ਹਾਂ ਦੀਆਂ ਸਰਕਾਰਾਂ ਬਣ ਗਿਆ ਉਹ ਵੀ ਵਿਧਾਨ ਸਭਾ ਦੇ ਅੰਦਰ ਯਾਰ ਬਾਹਰ ਕਿਹਦੇ ਨਾਲ ਨਿੱਜੀ ਗੱਲ ਕਰਦੇ ਆ ਬੰਦਾ ਜੋ ਮਰਜ਼ੀ ਗੱਪ ਛੱਟੀ ਜਾਏ ਇਹ ਹਾਲਾਤ ਮੇਰੇ ਕੋਲ ਤੁਸੀ ਕੁਵਾਉਣਾ ਚਾਹੁੰਦੇ ਸੀ ਮੈਨੂੰ ਆਪ ਬੜੀ ਹੈਰਾਨੀ ਦੀ ਲੱਗੀ ਕਿ ਨੌਨ ਸੀਰੀਅਸਨੈਸ ਤੇ ਜਿਹਨੂੰ ਕੈਜ਼ੂਅਲਨੈਸ ਮਤਲਬ ਆ ਗਈ ਹੈ ਜਿਹੜੀ ਉਹ ਤੇ ਵੈਸੇ ਤੇ ਸਾਰੇ ਸਾਡੇ ਆਧਾਰਿਆਂ 'ਚ ਆ ਗਈ ਆ ਭਾਵੇਂ ਉਹ ਸਿਹਤ ਸੰਸਾਣ ਆ ਭਾਵੇਂ ਉਹ ਸਾਡੇ ਵਿਦਿਆ ਦੇ ਮੰਦਰ ਆ ਪਰ ਮੇਰੇ ਸਾਡੇ ਅਸਲੀ ਮੰਦਰਿਆ ਧਾਰਮਿਕ ਜਾਨੀ ਸੰਸਥਾਨ ਹੈਗੇ ਆ ਸਾਰੀ ਜਗ੍ਹਾ ਇਹੋ ਜੀ ਗਰਾਵਟ ਤੇ ਕਿਸੇ ਨਾ ਕਿਸੇ ਰੂਪ ਚ ਦੇਖਣ ਨੂੰ ਮਿਲਦੇ ਹੀ ਆ ਪਰ ਅਸੈਂਬਲੀ ਵੀ ਜਿੱਥੋਂ ਅਸੀਂ ਸਾਰੀਆਂ ਰਾਹਤਾਂ ਪਾਉਣੀ ਆ ਜਿੱਥੋਂ ਅਸੀਂ ਜਿੰਨੂੰ ਇੱਕ ਸਾਡਾ ਮੰਦਰ ਮੰਨਿਆ ਜਾਂਦਾ ਡੈਮੋਕ੍ਰੇਸੀ ਦਾ ਜੇ ਉਹਦੀ ਇਹੋ ਜੀ ਹਾਲਤ ਹੈ ਤੇ ਬਾਕੀ ਤੁਸੀਂ ਆਪੇ ਦਾ ਜਾ ਲਾ ਸਕਦੇ ਸਵਾਲ ਤੁਸੀਂ ਉਹ ਵਿੱਚ ਰੱਖਿਆ ਨਾ ਮਾਲਵਾ ਨਹਿਰ ਨੂੰ ਲੈ ਕੇ ਉਹ ਵੀ ਬਹੁਤ ਵੱਡਾ ਸਵਾਲ ਹੈ ਕਿ ਆਖਿਰਕਾਰ ਉਹਦੇ ਉੱਤੇ ਵਿਰੋਧੀ ਪਾਰਟੀਆਂ ਨੇ ਉਸ ਤਰੀਕੇ ਦਾ ਰੁਖ ਕਿਉਂ ਨਹੀਂ ਰੱਖਿਆ ਕਿ ਹਰਿਆਣਾ ਕੌਣ ਹੁੰਦਾ ਹੈ ਜਾਂ ਕੇਂਦਰ ਕੌਣ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਇਸ ਤਰ੍ਹਾਂ ਸਵਾਲ ਚੁੱਕਰ ਵਾਲਾ ਕਿ ਜੀ ਇਹ ਨਹਿਰ ਕੱਢ ਰਹੇ ਨੇ ਪੰਜਾਬ ਦੇ ਅੰਦਰੋਂ ਨਿਕਲਦੀ ਨਹਿਰ ਹੈ ਪਾਖੜਾ ਦੇ ਪਾਣੀ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਖੜੇ ਕਰਤੇ ਕਿ ਇਹ ਵੀ ਮਸਲਾ ਜੀ ਵਿਚ ਵਿਚਾਰ ਲਿਓ ਹੁਣ ਇਹਨਾਂ ਦੇ ਉੱਤੇ ਆ ਕੇ ਸਵਾਲ ਖੜ੍ਹ ਜਣਾ ਕਿ ਐਸਵਾਈਐਲ ਦਾ ਮੁੱਦਾ ਉਹ ਵੀ ਬੇਹਦ ਐਮ ਹੈ ਉਹਦੇ ਉੱਤੇ ਵੀ ਮੀਟਿੰਗਾਂ ਚੱਲਣੀਆਂ ਨੇ ਹਰਿਆਣੇ ਦੇ ਵਿੱਚੇ ਵੋਟਾਂ ਮੰਗਦੇ ਨੇ ਸਟੈਂਡ ਸਪਸ਼ਟ ਕਰਨਗੇ ਕਿ ਤੁਸੀਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੀ ਸੋਚਦੇ ਹੋ ਜੇ ਮਾਲਵਾ ਲੈ ਨਹੀਂ ਅਗਲੇ ਬਣਨ ਦੇਣਗੇ ਜੇ ਪੰਜਾਬ ਦੇ ਲੋਕਾਂ ਦਾ ਜਾਂ ਕਿਸਾਨਾਂ ਦਾ ਉਹਦੇ ਨਾਲ ਫਾਇਦਾ ਹੁੰਦਾ ਹੈ ਜੇ ਉਹ ਨਹੀਂ ਬਣਨ ਦਿੰਦੇ ਤਾਂ ਤੁਹਾਡਾ ਕੀ ਸਟੈਂਡ ਹੈ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਕਿ ਵਿਧਾਨ ਸਭਾ 'ਚ ਕੋਈ ਮਤਾ ਕੋਈ ਇਸ ਤਰੀਕੇ ਦਾ ਕੋਈ ਪ੍ਰਸਤਾਵ ਲਿਆਓਗੇ ਜਿੰਨੂੰ ਲੈ ਕੇ ਕੇਂਦਰ ਦੇ ਆਖੇ ਚੱਕ ਪਾ ਕੇ ਗੱਲ ਕਰਨ ਵਾਲੀ ਗੱਲ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਇਲੈਕਸ਼ਨਾਂ ਤੋਂ ਬਾਅਦ ਕਰਨਗੇ ਉੱਥੇ ਦੇ ਇਹ ਕਹਿਣਗੇ ਜੇ ਦੱਬੀ-ਦੱਬੀ ਜ਼ੁਬਾਨ ਦੇ ਵਿੱਚ ਵੀ ਪਾਣੀ ਤੁਹਾਡਾ ਪੰਡਾ ਜਰੂਰ ਮਿਲੂਗਾ ਕੋਈ ਗੱਲ ਦੀ ਚਿੰਤਾ ਨਾ ਕਰੋ ਪਾਣੀ ਇਹ ਕਈ ਵਾਰੀ ਇਹੋ ਜੀਆਂ ਖਬਰਾਂ ਲਵਾਤੀਆਂ ਜਾਂਦੀਆਂ ਜਦੋਂ ਇਥੇ ਆੜਾ ਆਇਆ ਸੀਗਾ ਕਿ ਦੇਖੋ ਜੀ ਅਸੀਂ ਤੇ ਪਾਣੀ ਦਿੰਦੇ ਸੀ ਪਾਣੀ ਨਹੀਂ ਲਿਆ ਉਧਰੋਂ ਅਸੀਂ ਉਹਨਾਂ ਨੂੰ ਵੀ ਪਾਣੀ ਦਿੰਦੇ ਸੀ ਜਿੱਥੇ 10000 ਕਿਊਸੇਕ ਪਾਣੀ ਉਧਰਲੀ ਨਹਿਰ ਦੇ ਵਿੱਚ ਜਾਂਦਾ ਅਸੀਂ ਉਹ ਕਹਿਣ ਦੀ ਸੰਤੇ 2000 ਰੁਪਏ ਜੋ ਇਹੋ ਜੀਆਂ ਗੱਲਾਂ ਕਈ ਕੋਈ ਕਾਫੀ ਡਿਟੇਲ ਰਿਪੋਰਟ ਮੈਂ ਦਿੱਤੀ ਹੈਗੀ ਹੈ ਕਿ ਪਾਣੀ ਜਿਹੜਾ ਮਾਰ ਜਿਹੜੀ ਹੁੰਦੀ ਉਹ ਪੰਜਾਬ ਨੂੰ ਹੁੰਦੀ ਹੈ ਤੇ ਜਦੋਂ ਪਾਣੀ ਸਾਡੇ ਕੋਲ ਵੱਧ ਹੁੰਦਾ ਤੇ ਅਸੀਂ ਰਾਜਸਥਾਨ ਤੇ ਹਰਿਆਣੇ ਨੂੰ ਭੇਜਣਾ ਜੀ ਨੇ ਉਹ ਅੱਗੇ ਨਾ ਕਰ ਦਿੰਦੇ ਕਿ ਨਾ 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 ਸਾਨੂੰ ਨਹੀਂ ਪਾਣੀ ਚਾਹੀਦਾ ਇਸ ਤਰੀਕੇ ਦਾ ਇਹ ਤੇ ਗੱਲ ਠਾਂਗੇ ਦੇ ਰੀਪੀਰੀਅਨ ਪ੍ਰਿੰਸੀਪਲ ਦੇ ਵਿੱਚ ਕਹਿੰਦੀ ਆ ਕਿ ਜਿੱਥੇ ਕਿਸੇ ਦੀ ਮਾਰ ਹੁੰਦੀ ਉਹ ਉੱਥੇ ਉਹਨੂੰ ਫਾਇਦਾ ਹੋਣਾ ਚਾਹੀਦਾ ਉਹੋ ਹੀ ਪਾਣੀ ਦੇ ਉੱਤੇ ਪ੍ਰਾਇਮਰੀ ਹੱਕਦਾਰ ਹੈਗਾ ਉਹ ਗੱਲਾਂ ਕੋਈ ਸੁਣ ਲਈ ਪਰ ਇਹਨਾਂ ਨੂੰ ਜੇ ਬਾਕੀ ਦੇ ਸੁਖਵਿੰਦਰ ਕਿੰਨੀ ਵਾਰੀ ਇਹ ਰੈਜ਼ੋਲੂਸ਼ਨ ਪੜ੍ਹਣਗੇ ਇਹ ਕੈਪਟਨ ਨੇ ਪਾ ਦਿੱਤਾ ਅਨਲਮੈਂਟ ਆਫ ਆਲ ਪਾਸਟ ਟ੍ਰੀਟੀਆਂਸ ਕਰ ਦਿੱਤਾ 2004 ਦੇ ਵਿੱਚ ਕਿ ਪੰਜ ਵਿੱਚ ਸੀਗਾ ਮੇਰਾ خیال 2004 ਵਿੱਚ ਸੀ ਜਿੱਥੇ ਤੱਕ ਮੈਨੂੰ ਯਾਦ ਆ ਇਸੇ 2016 ਦੇ ਵਿੱਚ ਫਿਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਇਹੋ ਜਿਹਾ ਕਰ ਦਿੱਤਾ ਕਿ ਅਸੀਂ ਕੋਈ ਵੀ ਉਹ ਜਿਹੜੀ ਪੁੱਟੀ ਹੋਈ ਨਹਿਰ ਸੀ ਉਹ ਜ਼ਮੀਨਾਂ ਵਾਪਸ ਕਰਨ ਦਾ ਰੌਲਾ ਪੈ ਗਿਆ ਫਿਰ ਉਸਤੇ ਮਿਲ ਗਿਆ ਵਿਚੇ ਰਹਿ ਗਿਆ ਐਸਵਾਈਐਲ ਦੀਆਂ ਜਿਹੜੀਆਂ ਜ਼ਮੀਨਾਂ ਸੀ ਹੁਣੇ ਰੈਜ਼ੋਲੂਸ਼ਨ ਦੀ ਨਹੀਂ ਗੱਲ ਤੇ ਤਰਾਕਲ ਦੇ ਉੱਤੇ ਆਪਣੇ ਖੜਕਾ ਦੜਕਾ ਖਾਰਕੇ ਕੋਈ ਚੰਗੇ ਤਰੀਕੇ ਦੇ ਨਾਲ ਇੱਕ ਪੁਖਤਾ ਪਾਲਸੀ ਨਹੀਂ ਦੇ ਸਾਡਿਆਂ ਕੋ ਇੱਥੇ ਰੱਖਦਾ ਸਰਕਾਰਾਂ ਨੂੰ ਵੀ ਪੰਜਾਬ ਸਰਕਾਰ ਨੂੰ ਕਿ ਖਾਸ ਕਰ ਪਾਣੀਆਂ ਦੇ ਪੋਲੂਸ਼ਨ ਦੇ ਜਿਹੜੇ ਵੀ ਕਿਸਾਨ ਗੱਲਾਂ ਕਰ ਰਹੇ ਆ ਉਦੋਂ ਤੇ ਅਸੈਂਬਲੀ ਇੱਕ ਜਗ੍ਹਾ ਹੈਗੀ ਆ ਤੁਸੀਂ ਅੱਜ ਸੁਣਿਆ ਮੈਂ ਤੇ ਬਾਜਵੇ ਨੂੰ ਸੁਣਿਆ ਉਹਨੇ ਕੁਝ ਕੋਈ ਗੱਲਾਂ 5-4 ਮਿੰਟ ਦੀ ਕਾਫੀ ਵੱਡੀਆਂ-ਵੱਡੀਆਂ ਗੱਲਾਂ ਰੱਖੀਆਂ ਤੇ ਇੱਕ ਗੱਲ ਇਹਨਾਂ ਤੇ ਲਾ ਲਾ ਕੇ ਕਹੀ ਕਿ ਆ ਵਿੱਚੇ ਅਮਨ ਰੂੜਾ ਵਿੱਚੇ ਸੰਧਵਾਤ ਜਿਹੜੇ ਹੁਣ ਸਪੀਕਰ ਸਾਹਿਬ ਆਣਿਆ ਹੋਰ ਵੀ ਬੰਦਿਆਂ ਦਾ ਹਰਪਾਲ ਚੀਮਾ ਇਹ ਸਾਰੇ ਬੰਦੇ ਪ੍ਰੈਸ ਕਾਨਫਰੰਸਾਂ ਕਰਦੇ ਸੀ ਵੱਡੀਆਂ-ਵੱਡੀਆਂ ਜਦੋਂ ਵਿਰੋਧੀ ਪਾਰਟੀ ਸੀਗੇ ਕਾਂਗਰਸ ਦੀ ਟਿਨਯੂਰ 17 ਤੋਂ 22 ਵਿੱਚ ਉਦੋਂ ਇਹ ਕਹਿੰਦੇ ਸੀਗੇ ਕਿ ਦੇਖੋ ਜੀ ਸੈਸ਼ਨ ਹੋਣਾ ਚਾਹੀਦਾ ਵਿੰਟਰ ਸੈਸ਼ਨ ਤੇ 15 ਦਿਨ ਦਾ ਸੈਸ਼ਨ ਨੂੰ ਦਾ 2-3 ਦਿਨ ਦਾ ਸੈਸ਼ਨ ਕਰਕੇ 1 ਦਿਨ ਤੇ ਵੈਸੇ ਨਿਕਲ ਜਾਂਦਾ ਇਹ ਬਹੁਤ ੱਕਾ ਬਹੁਤ ਮਾੜੀ ਗੱਲ ਆ ਇਹਨਾਂ ਨੇ ਫਲਾਨਾ ਧਮਕਾਣਾ ਬਹੁਤ ਕੁਛ ਨੂੰ ਦੇ ਵਿਰੁੱਧ ਬੋਲਦੇ ਸੀ ਅੱਜ ਉਹਨਾਂ ਨੇ ਕੋਟ ਕਰਕੇ ਦੱਸਿਆ ਉਹ ਕੈਲਕੂਲੇਟ ਕਰਕੇ ਦੱਸਿਆ ਕਿ ਘੱਟੋ-ਘੱਟ 40 ਦਿਨ ਅਸੈਂਬਲੀ ਚੱਲਣੀ ਚਾਹੀਦੀ ਹੈ ਜਦ ਕੇ ਪਿਛਲੇ ਤਿੰਨ ਢਾਈਆਂ ਸਾਲਾਂ ਚ ਹੁਣ ਤੱਕ 39 ਦਿਨ ਚੱਲੀ ਐ ਜਦ ਕਿ ਹਰ ਸਾਲ 40 ਦਿਨ ਚੱਲਣੀ ਚਾਹੀਦੀ ਇਹਦਾ ਮਤਲਬ ਜਿਹੜੀ ਉਹ ਕਹਿ ਰਹੇ ਸੀ ਕਿ 120 ਦਿਨ ਚੱਲਣ ਦੀ ਜਗ੍ਹਾ ਤੀਜਾ ਹਿੱਸਾ ਵੀ ਟਾਈਮ ਪੂਰਾ ਨਹੀਂ ਦਿੱਤਾ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਸਭ ਐਸੈਂਬਲੀ ਸੈਸ਼ਨ ਬੜੇ ਛੋਟੇ ਆ ਲੰਬੇ ਕਰੋ ਹੁਣ ਉਹ ਮੰਗ ਕਰਦੇ ਆ ਕਿ ਤੁਸੀਂ ਲੰਬੇ ਕਰੋ ਉਹ ਕਹਿੰਦੇ ਜੀ ਸਾਡੇ ਤੁਹਾਡੇ ਕੋਲ ਬਿਜ਼ਨਸ ਹੀ ਹੈ ਨੀਗਾ ਉਹ ਕਹਿੰਦੇ ਬਿਜ਼ਨਸ ਕੀ ਹੁੰਦਾ ਹਰ ਐਮਐਲਏ ਨੂੰ ਟਾਈਮ ਦਿਓ ਮਿਲਦਾ ਟਾਈਮ ਦਿਓ ਇੱਥੇ ਕੋਈ ਆਪਾਂ ਜਿਸ ਕੰਮ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਉਹਦੇ ਲਈ ਤੇ ਇਹ ਥੋੜੀਆ ਕੋਤੇ ਠਾਣਿਆਂ ਚ ਕਿਸੇ ਨੂੰ ਕਿਸੇ ਤੇ ਫੀਮ ਪਾ ਦਿਓ ਕਿਸੇ ਤੇ ਕੱਢ ਦਿਓ ਕਿਸੇ ਦਾ ਪਰਚਾ ਦਾਖਲ ਕਰ ਦਿਓ ਜੋ ਸੰਧਵਾ ਨੇ ਲਿਆ ਕੇ ਰੱਖਿਆ ਹੀ ਪਿੰਡ ਦਾ ਇਹ ਬੋਰਡ ਸਿੰਘ ਦਾ ਹੁਣ ਇਸ ਕਰਕੇ ਥੋੜੇ ਐਮਐਲਏ ਤੇ ਐਮਪੀ ਤੇ ਸਾਰੇ ਜਿਹੜੇ ਬਣਾਏ ਜਾਂਦੇ ਆ ਕਿ ਲੋਕਾਂ ਦੇ ਆਪਣੀਆਂ ਵੋਟਾਂ ਬਟੋਲਣ ਲਈ ਤੇ ਸੱਤਾ ਇਕੱਠੀ ਕਰਨ ਲਈ ਲੋਕਾਂ ਦੀ ਸੇਵਾ ਕਰਨ ਲਈ ਸੇਵਾ ਤਾਂ ਹੀ ਹੋਊਗੀ ਜੇ ਇੱਥੇ ਇਸ਼ੂ ਥ੍ਰੈਸ਼ ਆਊਟ ਹੋਣਗੇ ਉਥੇ ਉਹ ਗੱਲ ਜਿਹੜੀ ਆ ਉਹ ਆਪਣੇ ਹੀ ਜਿਹੜੇ ਕਿਸੇ ਵੇਲੇ ਲੋਕਾਂ ਚ ਨਕਸ਼ੇ ਤਿਆਰ ਕਰਕੇ ਵੰਡੇ ਸੀਗੇ ਕਿ ਜਦੋਂ ਸਾਡਾ ਰਾਜ ਆਊਗਾ ਉਹ ਇਹੋ ਜਿਹਾ ਹੋਊਗਾ ਉਹ ਪੂਰੇ ਹੁੰਦੇ ਨਾ ਜੀ ਨਹੀਂ ਹੁੰਦੇ ਅੱਜ ਗ੍ਰਾਹਾਂ ਦਾ ਤੁਸੀਂ ਲੈਕਚਰ ਸੁਣਿਆ ਉਹਨੇ ਉਹਨੇ ਤੇ ਸਾਫ਼ ਦੋਵਾਂ ਲਾਈਨਾਂ 'ਚ ਗੱਲ ਨਿਬੇੜਤੀ ਕਿ ਜਿਹੋ ਜੀਆਂ ਪਹਿਲੀਆਂ ਸਰਕਾਰਾਂ ਸੀ ਉਹੋ ਜੀ ਇਹ ਸਰਕਾਰ ਆ ਸਭ ਜਾਨੀ ਖਾਲੀ ਢੋਲ ਆ ਬਾਜ ਚੰਗੀ ਕੱਢਦੇ ਆ ਪਰ ਅੰਦਰੋਂ ਖਾਲੀ ਆ ਸਾਡੇ ਲਈ ਕੋਈ ਸਾਡੀ ਬਾਤ ਪੁੱਛਣ ਵਾਲਾ ਨਹੀਂ पर प्रोफेसर ਗੱਲ ਮੈਂ ਉੱਥੀ ਲਿਆਉਣੀ ਸੀਗੀ ਕਿ ਜਦੋਂ ਕਿਸਾਨ ਲੀਡਰਾਂ ਦੇ ਉੱਤੇ ਲਗਾਤਾਰ ਇਹਨਾਂ ਨੂੰ ਸਵਾਲ ਹੋਏ ਕਿ ਤੁਸੀਂ ਕੀ ਕਰੋਗੇ ਜੇ ਇਲੈਕਸ਼ਨ ਸਰਤੇ ਆਈਆਂ ਜਾਂ ਜਾਂ ਇਲੈਕਸ਼ਨ ਹੁੰਦੀਆਂ ਨੇ ਪਿੰਡਾਂ ਨੂੰ ਪੰਚਾਇਤੀ ਇਲੈਕਸ਼ਨ ਹੋਣੀਆਂ ਤਾਂ ਤੁਹਾਡਾ ਕੀ ਮੰਨਣਾ ਤੇ ਉਹਨਾਂ ਦਾ ਨਾਰਾ ਹੁੰਦਾ ਹੈ ਕਿ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ ਹੁਣ ਉਹਨਾਂ ਨੂੰ ਹੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਕੋਲੋਂ ਡਾਂਗਾਂ ਵੀ ਖਾਣੀਆਂ ਹੈ ਚੱਲ ਵੀ ਲਵਾਉਣੀ ਐ ਤੇ ਉੱਥੇ ਕਈ ਦਿਨ ਬੈਠੇ ਵੀ ਰਹਿਣਾ ਆਪਣੇ ਘਰ ਪਰਿਵਾਰ ਸਾਰਾ ਛੱਡ ਕੇ ਤੇ ਮਿਲਣਾ ਕੀ ਆ ਰੋਲਦੂ ਸਿੰਘ ਮਾਨਸਾ ਔਰ ਵੀ ਕਹਿੰਦੇ ਨੇ ਕਿ ਵਿਧਾਨ ਸਭਾ ਤੱਕ ਜਾਵੂ ਕਰਾਂਗੇ ਇਹਨਾਂ ਨੂੰ ਡਾਂਗ ਲੈ ਕੇ ਬੈਠਾਂਗੇ ਬਾਹਰ ਪੁੱਛਾਂਗੇ ਕਿ ਦੱਸੋ ਭਾਈ ਕਿਸਾਨਾਂ ਬਾਰੇ ਕਿਉਂ ਨਹੀਂ ਬੋਲਦੇ ਤਾਂ ਫਿਰ ਲੋੜ ਕੀ ਭਈ ਗੱਲ ਤਾਂ ਉੱਥੇ ਹੀ ਆ ਗਈ ਨਾ ਕਿ ਜੇ ਆਪ ਤੁਸੀਂ ਸੱਚੀ ਸੁੱੱਚੀ ਸਿਆਸਤ ਉਸ ਪਾਸੇ ਵੱਲ ਨੂੰ ਕਰ ਲਓ ਤੁਹਾਨੂੰ ਕੀ ਲੋੜਾ ਚੰਡੀਗੜ੍ਹ ਜਾ ਕੇ ਧਰਨੇ ਮਾਰਨ ਦੀ ਉੱਥੇ ਤੁਹਾਡੇ ਕੰਮ ਤੁਸੀਂ ਆਪਣੇ ਆਪ ਆਪਣੇ ਨੁਮਾਇੰਦੇ ਘੱਲੋ ਉਹ ਕਰਨ ਤੇ ਸਾਰਾ ਕੁਝ ਥੱਲੇ ਉਵੇਂ ਉਸੇ ਢੰਗ ਨਾਲ ਚੱਲੇ ਮੈਂ ਅੱਜ ਉਹ ਜਿਹੜੇ ਕਿਰਤੀ ਕਿਸਾਨ ਸੰਘਰਸ਼ ਮੋਰਚਾ ਜਿਹੜਾ ਨੇ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਅੰਮ੍ਰਿਤਸਰ ਵਾਲਾ ਬੰਦੀਰ ਸਾਹਿਬ ਉਹ ਬੋਲ ਰਹੇ ਸੀਗੇ ਲੀਡਰ ਤੇ ਇਹ ਗੱਲ ਕਹਿ ਰਹੇ ਸੀਗੇ ਕਿ ਰਾਜਨੀਤੀ ਕੀਤੀ ਜਾ ਰਹੀ ਆ ਫਲਾਨ ਨੇ ਆ ਸਾਡੇ ਨਾਲ ਰਾਜਨੀਤੀ ਕੇਂਦਰ ਨੇ ਇਸ ਮੁੱਦੇ ਦੇ ਉੱਤੇ ਆ ਰਾਜਨੀਤੀ ਕੀਤੀ ਹੈ ਰਾਜਨੀਤਿਕ ਸਟਰਗਲ ਆ ਸਾਡਾ ਰਾਜਨੀਤਿਕ ਤੇ ਮੈਂ ਕਿਹਾ ਫਿਰ ਤੁਸੀਂ ਜਦੋਂ ਰਾਜਨੀਤੀ ਸਾਰੀ ਆਪਣੇ ਤੌਰ ਤੇ ਕਹਿ ਹੀ ਰਹੇ ਆ ਤੇ ਪਿੱਛੇ ਬ੍ਰੈਕਟ ਦੇ ਵਿੱਚ एसकेएम गैर राजनीतिक क्यों कहने हैं तो ਤੁਹਾਡਾ ਮੁਕਾਬਲਾ ਹੈ ਹੀ ਰਾਜ ਕਿ ਉਹ ਮੰਗਾਂ ਜਿਹੜੀਆਂ ਇਹ ਤੇ ਰਾਜਨੀਤਿਕ ਪੱਤਰ ਤੇ ਆ ਕਮੇਟੀ ਬਣਾਤੀ ਸੁਪਰੀਮ ਕੋਰਟ ਨੇ ਉਹਨਾਂ ਨੇ ਕੀ ਕਰਨਾ ਹੈ ਇਹ ਜਿਹੜੇ ਰਾਜਨੀਤਿਕ 이슈 ਹੈ ਤੇ ਰਾਜਨੀਤਿਕ ਪੱਤਰ ਤੇ ਸੈਟਲ ਹੋਣਗੇ ਬਿਲਕੁਲ ਠੀਕ ਹੈ ਰਿਹਾ ਕਿਉਂਕਿ ਰਾਜਨੀਤੀ ਨੇ ਪਾਲਿਸੀ ਬਣਾਉਣੀ ਹੈ ਨਾ ਉਹ ਬੰਦੇ ਕੀ ਕਰਨਗੇ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਆ ਸਜੈਸ਼ਨ ਦੇ ਦੇਣਗੇ ਰਿਪੋਰਟ ਕੋਈ ਮੰਨੇ ਨਾ ਮੰਨੇ ਤੇ ਰਿਪੋਰਟਾਂ ਦੀ ਉੱਥੇ ਲੋੜ ਦੀ ਜਿੱਥੇ ਮੁੱਦਾ ਨਵਾਂ ਹੋਵੇ ਮੁੱਦੇ ਦੀ ਤਸਵੀਰ ਦਾ ਨਾ ਪਤਾ ਹੋਵੇ ਜਿੱ ਕਿਸਾਨਾਂ ਦੀਆਂ ਮੰਗਾਂ ਦਾ ਨਾ ਪਤਾ ਹੋਵੇ 13 ਮਹੀਨੇ ਸਮਝਾ ਸਮਝਾ ਕੇ ਉਹਨਾਂ ਨੂੰ ਤੇ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਆਉਂਦੀ ਹੋਣੀਆਂ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਨੂੰ ਜਿਹੜੀਆਂ ਗੱਲਾਂ ਸਾਰੀਆਂ ਕੱਲੀ ਕੱਲੀ ਯਾਦ ਆਉਣੀਆਂ ਹੈ ਐਨੀਆਂ ਰਟਾਤੀਆਂ ਅਜੇ ਹੁਣ ਕਿਹੜੀ ਕਮੇਟੀ ਬਣਾ ਕੇ ਨਵੀਆਂ ਗੱਲਾਂ ਦੱਸਣੀਆਂ ਤੇ ਨਵੇਂ ਰਾਹ ਕੱਢਣੇ ਆ ਇਹ ਇਹ ਰਾਜਨੀਤਿਕ ਗੱਲ ਹੈ ਤੁਸੀਂ ਬਿਲਕੁਲ ਸਹੀ ਕਹਿੰਦੇ ਆ ਅਸੀਂ ਬਾਰ-ਬਾਰ ਕਹਿੰਦੇ ਆ ਕਿ ਤੁਸੀਂ 24 ਘੰਟੇ ਸੜਕਾਂ ਨੱਪੀ ਫਿਰਦੇ ਆ ਉਹ ਵੀ ਕਰਦੇ ਰਹੋ ਕਦੀ ਡਾਂਗ ਸੋਟਾ ਇਹਨੂੰ ਲੈ ਕੇ ਚੱਲ ਪਈ ਫੌਜ ਐ ਇਹਨੂੰ ਚੱਲ ਪਈ ਵੀ ਬਾਹਰ ਹੀ ਤੁਰੇ ਫਿਰਨਾ ਜਾਂ ਅੰਦਰ ਵੀ ਤੁਸੀਂ ਸੋਚ ਕੇ ਦੇਖੋਗੇ ਜੇ ਤੁਹਾਡੇ 10-15 ਬੰਦੇ ਅੰਦਰ ਬੈਠੇ ਹੋਣ ਕਿਸੇ ਵੀ ਜੁਰਤਿਆਗੇ ਤੁਹਾਨੂੰ ਮਟਕਾ ਚੌਂਕ ਤੱਕ ਰੋਕੇ ਰੱਖ ਦੇਣ ਅਸੈਂਬਲੀ ਤੱਕ ਪਹੁੰਚੋਗੇ ਉਹ ਅੰਦਰ ਰੌਲਾ ਹੀ ਇਨਾ ਪਾ ਦੇਣਗੇ ਉਹ 15 ਨੇ 1500 ਜੰਨਾ ਰੌਲਾ ਪਾਉਣਾ ਕਿਉਂਕਿ ਉਹ ਦਿਲੋਂ ਗਏ ਹੋਏ ਉਹ ਤੁਹਾਡੇ ਆਪਣੇ ਨਮਾਇੰਦੇ ਆ ਉਹਨਾਂ ਦੇ ਦਿਲ ਦੇ ਵਿੱਚ ਤੁਹਾਡਾ ਦਰਦ ਹੋਊਗਾ ਤੁਹਾਡੇ ਚੋਂ ਨਿਕਲ ਕੇ ਗਏ ਹੁੰਦੇ ਪਰ ਇਹ ਸਾਡੇ ਵੀਰ ਨਾ 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 ਇਹ ਸੀ ਇਹ ਕੰਮ ਬਹੁਤ ਮਾੜਾ ਤੇ ਮਾੜੇ ਹੀ ਤੇ ਤੁਹਾਡੇ ਸਿਰ ਤੇ ਚੜਦੇ ਆ ਫਿਰ ਤੁਸੀਂ ਚੰਗੇ ਹੈਨਾ ਉਹ ਛਿੱਟੇ ਤੇ ਤੁਹਾਡੇ ਤੇ ਪੈਂਦੇ ਆ ਉਹ ਤੁਸੀਂ ਧੋ ਤਾ ਕੇ ਫਿਰ ਅਗਲੇ ਦਿਨ ਆ ਜਾਨੇ ਇਸ ਤਰ੍ਹਾਂ ਨਹੀਂ ਹੈ ਤੁਸੀਂ ਆਪ ਉਸ ਗੱਲ 'ਚ ਉਤਰੋ ਜੇ ਇਹ ਗੰਦਗੀ ਸਾਫ਼ ਕਰਨੀ ਆ ਤੇ ਗੰਦਗੀ 'ਚ ਉਤਰ ਕੇ ਹੀ ਕਰਨੀ ਪੈਣੀ ਆ ਬਾਹਰ ਛੋਟੀਆਂ ਮਾਰਨ ਵਾਲੀ ਕੋਈ ਛੋਣਾ ਜੱਟੀ ਮਾ ਮਾਰਨ ਨਾਲ ਕੁਝ ਨਹੀਂ ਹੋਣਾ ਉਹ ਤੇ ਸਭ ਉਹ ਆਪਣੇ ਤੇ ਪੈ ਜੂਗੀ ਸਾਫ ਸੂਬ ਕੁਝ ਨਹੀਂ ਹੋਣਾ ਸਭ ਆਪਾਂ ਹੀ ਗੰਦੇ ਹੋ ਜਾਣੇ ਇਸ ਲਈ ਇਹ ਸੋਚਣਾ ਇਹਨਾਂ ਨੂੰ ਚਾਹੀਦਾ ਪਰ ਪਤਾ ਨਹੀਂ ਕੀ ਬਹੁਤ ਹੀ ਇੱਕ ਆਪਣੀ ਕਿਸਮ ਦੀ ਸਾਡੇ ਕਿਸਾਨ ਵੀਰਾਂ ਦੇ ਲੀਡਰਾਂ ਕਈਆਂ ਚ ਵੀ ਜਿਹデア ਪੀ ਨਾ ਇਹ ਨਹੀਂ ਕੰਮ ਕਰਨਾ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਤੇ ਫਿਰ ਜੇ ਅਸੀਂ ਮਾੜੇ ਹੋ ਜਾ। ਭਾਈ ਚੰਗੇ ਕਿਵੇਂ ਕਰਨੇ ਉਹਦਾ ਤੇ ਤਰੀਕਾ ਦੱਸੋ ਕੋਈ ਤੁਸੀਂ ਪੈਰਲਲ ਕੋਈ ਸਰਕਾਰ ਬਣਾਉਣੀ ਹੈ ਇੱਥੇ ਸਰਕਾਰਾਂ ਤੇ ਕੋਈ ਤਰੀਕੇ ਨਾ ਬਣਦੀਆਂ ਉਹਦੇ ਚ ਤੁਸੀਂ ਹਿੱਸਾ ਲੈਣ ਲਈ ਤਿਆਰ ਨਹੀਂ ਬਾਹਰ ਤੁਹਾਨੂੰ ਜਾਣ ਨਹੀਂ ਦਿੰਦੇ 200 ਦਿਨ ਤੁਹਾਨੂੰ ਹੋ ਗਿਆ ਤੇ ਸ਼ੰਭੂ ਬਾਰਡਰ ਤੇ ਬੈਠਿਆ ਕੀ ਜੇ ਉਹਨਾਂ ਲੋਕਾਂ ਦੇ ਟੱਬਰ ਟੀਰ ਹੋਰ ਨੁਕਸਾਨ ਕਿਤੇ ਥੋੜਾ ਹੁੰਦਾ ਆ ਜਿਹੜੀ ਆਪਾਂ ਇਸ ਪਾਸੇ ਨੂੰ ਅਲਟੀਮੇਟਲੀ ਇਹ ਡੈਮੋਕ੍ਰੇਸੀ ਜਾਂ ਸੰਵਿਧਾਨ ਸਾਡਾ ਦੇਸ਼ ਸਾਡਾ ਕਿਉਂ ਨਹੀਂ ਅਸੀਂ ਸਰਕਾਰਾਂ ਤੇ ਕਬਜ਼ਾ ਕਰ ਸਕਦੇ ਕਰ ਸਕਦੇ ਆ ਇਹ ਕਿਸ ਮジョਰਿਟੀ ਤੇ ਅਜੇ ਵੀ ਪਿੰਡੂ ਲੋਕਾਂ ਦੀ ਹੈ ਤੁਸੀਂ ਸਾਰੇ ਭਾਈ ਇਕੱਠੇ ਹੋਵੋ ਅਰ ਬੰਦੇ ਅਜੇ ਵੀ ਤੀਜਾ ਹਿੱਸਾ ਆ ਤੇ ਤਾਂ ਤੁਸੀਂ ਮジョਰਿਟੀ ਕਰ ਸਕਦੇ ਆ ਇਸ ਲਈ ਥੋੜਾ ਜਿਹਾ ਇਸ ਪਾਸੇ ਨੂੰ ਸੋਚਣ 'ਚ ਕੋਈ ਹਰਜ ਨਹੀਂ ਹੈ ਕਿ ਕੁਝ ਕੁ ਬੰਦੇ ਤੁਹਾਡੇ ਪਾਰਲੀਮੈਂਟ ਅਸੈਂਬਲੀ 'ਚ ਜਿਹੜੇ ਡਾਇਰੈਕਟ ਕਿਸਾਨਾਂ ਤੇ ਮਜ਼ਦੂਰਾਂ ਦੀ ਪਿੰਡੂ ਲੋਕਾਂ ਦੀ ਸਪੋਰਟ ਨਾਲ ਬੈਠੇ ਹੋਣ ਉਹ ਬਤੀ ਬੜਾ ਜ਼ਰੂਰੀ ਹੈਗਾ ਬਿਲਕੁਲ ਸਪਰੀਮ ਕੋਰਟ ਦੀ ਗੱਲ ਕਰਦੇ ਆ ਕਿ ਉੱਥੇ ਬੁਲਡੋਜ਼ਰ ਜਿਹੜਾ yogi ji ਦਾ ਬੜਾ ਮਸ਼ਹੂਰ ਹੈ ਉਹਨੂੰ ਲੈ ਕੇ ਜੋ ਫੈਸਲਾ ਆਇਆ ਹੈ ਕਾਫੀ ਉਹ ਫੈਸਲੇ ਦੀ ਛਲੱਗਾ ਹੋ ਰਹੀ ਹੈ ਕਿ ਥੋੜੀ ਜੀ ਹੁਣ ਠੱਲ ਪੈ ਗਈ ਇਸ ਚੀਜ਼ ਦੇ ਉੱਤੇ ਨਹੀਂ ਤਾਂ ਐਵੇਂ ਜਣੇ ਖਣੇ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਾਉਣ ਦੇ ਮੁੜ ਕੇ ਸਿਆਸਤ ਚਮਕਾਉਣੇ ਕਿ ਬੁਲਡੋਜ਼ਰ ਬਾਬਾ ਆ ਗਏ ਇਹ ਕੋਈ ਤੇ ਰਮਨੀਤ ਮਿੱਟੂ ਨੂੰ ਵੀ ਚਾਬੀ ਫੜਾਉਣ ਆਇਆ ਹੋਇਆ ਸੀ ਇੱਥੇ ਲੁਧਿਆਣੇ ਮੈਨੂੰ ਯਾਦ ਆ ਮੈਂ ਕਿਹਾ ਕਿੱਡੇ ਯਾਰ ਮਾੜੇ ਮਾਨੇ ਆ ਇਹਨਾਂ ਦੇ ਕਿ ਤੂੰ ਉੱਥੇ ਤੇ ਇੱਕ ਕਰਮਕਾਰ ਹੀ ਰਿਆਂ ਪਾਪ ਕਰ ਰਿਆਂ ਲੋਕਾਂ ਦੇ ਗਰੀਬਾਂ ਦੇ ਘਰ ਟਾ ਰਿਆਂ ਤੂੰ ਐਸ ਬੰਦੇ ਨੂੰ ਵੀ ਹੈ ਉਹ ਵੀ ਇਹੋ ਜਿਹਾ ਹੀ ਆ ਉਹ ਸਾਡਾ ਪਗੜੀ ਵਾਲਾ ਯੋਗੀ ਦਿੱਤਿਆ ਨਾ ਤੇ ਗੱਲਾਂ ਤੋਂ ਮੈਂ ਕਹਿੰਦਾ ਮਾਨਸਿਕਤਾ ਉਹੋ ਜੀ ਹੈ ਬੋਲੀ ਬੋਲਬਾਲੀ ਵੀ ਉਹ ਜੇ ਬੋਲਬਾਣੀ ਵੀ ਉਹ ਜੀ ਹੈ ਪਰ ਚਲੋ ਸ਼ੁਕਰਿਆ ਉਹ ਤੇ ਨਹੀਂ ਹੁਣ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਉਹ ਬੜੀ ਸੋਹਣੀ ਕਹੀ ਕਿਸੇ ਬੰਦੇ ਤੇ ਕੋਈ ਕੇਸ ਦਰਜ ਕਰਤਾ ਪੁਲਿਸ ਨੇ ਜਾਂ ਜੋ ਆਪਣੇ ਵੀ ਜਿਸ ਤਰ੍ਹਾਂ ਦੀ ਤੁਹਾਨੂੰ ਪਤਾ ਪੁਲਿਸ ਐਵੀਡੈਂਸ ਇਕੱਠੇ ਕਰਦੀ ਉਹ ਨੂੰ ਕੋਈ ਮੰਨਦਾ ਤੇ ਹੈ ਨਹੀਂ ਜਦ ਤੱਕ ਕੋਰਟ ਦੇ ਵਿੱਚ ਖੋਦ ਸਾਰੇ ਗਾਗ ਬੂ ਕਹਿਣਾ ਕੁਝ ਤਾਂ ਉਸ ਹਾਲਾਤਾਂ ਦੇ ਵਿੱਚ ਆ ਜਿਹੜਾ ਪੁਲਿਸ ਕਿਸੇ ਨੂੰ ਇਹ ਦੋਸ਼ੀ ਕਰਾਰ ਦੇ ਦੇ ਜਾਂ ਕੋਈ ਆਪ ਹੀ ਕੋਈ ਬੰਦੇ ਉਹਨਾਂ ਨੂੰ ਕਿਸੇ ਬੰਦੇ ਨੂੰ ਕਾਦ ਲੈਣੇ ਪੀ ਇਹਨੇ ਮਾੜਾ ਕੰਮ ਕੀਤਾ ਜੀ ਇਹਨੇ ਗੋਲੀ ਚ ਲਾਈ ਜੀ ਆ ਗੁੰਡਾ ਆ ਜੀ ਆ ਗੈਂਗਸਟਰ ਆ ਜੀ ਕਿਸੇ ਨੂੰ ਡੱਬ ਕਰਦੇ ਹੋ ਐਨੇ ਜੀ ਗਾਈ ਮਾਰੀ ਆ ਜੀ ਐਨੇ ਜੀ ਗਾਂ ਦੀ ਖੱਲ ਲਿਆ ਰਿਆ ਸੀ ਇਹਦੇ ਕੋਲ ਬੀਪ ਨਿਕਲ ਆਇਆ ਇਹੋ ਜੀ ਗੱਲ ਆ ਨਹੀਂ ਪੁੱਛਦੇ ਤਾਂ ਨਹੀਂ ਪੁੱਛਦੇ ਜਿੱਦ ਤਰ੍ਹਾਂ ਕੰਗਾਰੂ ਕੋਟ ਦੇ ਅੱਛਾ ਇਹ ਹੋ ਗਿਆ ਢਾ ਦੇ ਉਹ ਕੋਠੇ ਪਹਿਲਾਂ ਇਹਦੇ ਹੈ ਇਹ ਸਾਰਾ ਚੱਲ ਪਿਆ ਕਿਹਦੀ ਵੀ ਇਹ ਤਰੀਕਾ ਇਨਸਾਫ ਦਾ ਕਿਹੜਾ ਪੀ ਜੇ ਤੁਸੀਂ ਇਨਸਾਫ ਆਪ ਹੀ ਕਰਤਾ ਕਿਸੇ ਨੂੰ ਦੰਡੇ ਤੇ ਪਹਿਲਾਂ ਹੀ ਕਰ ਦਿੱਤਾ ਕੇਸ ਨਾਲ ਹੀ ਆਇਡੈਂਟੀਫਾਈ ਕਰਦੇ ਆ ਆਪ ਹੀ ਆਪਣੇ ਆਪ ਚ ਜੱਜ ਬਣ ਗਏ ਆਪ ਹੀ ਵਕੀਲ ਬਣ ਗਏ ਆਪ ਹੀ ਕੇਸ ਲਿਖਤਾ ਤੇ ਫੈਸਲਾ ਵੀ ਕਰਤਾ ਫਿਰ ਕੋਰਟਾਂ ਅਸੀਂ ਕਾਦੇ ਲਈ ਬੈਠੇ ਆ ਇਹ ਗੱਲ ਬੰਦ ਕਰੋ ਉਹਨਾਂ ਨੇ ਇੱਕ ਅਗਲੀ ਗੱਲ ਵੀ ਕਹੀ ਤੁਸੀਂ ਜੇ ਧਿਆਨ ਨਾ ਸੁਣਿਆ ਹੋਵੇ ਸੁਪਰੀਮ ਕੋਰਟ ਨੇ ਕਿਹਾ ਪੀ ਸੋ ਵਟ ਜੇ ਕੋਈ ਦੋਸ਼ੀ ਕਰਾਰ ਹੋ ਜਾਂਦਾ ਉਹਦਾ ਮਤਲਬ ਤੁਸੀਂ ਘਰ ਤਾਂ ਦੋਗੇ ਕਿਉਂਕਿ ਜੋ ਉਹਦਾ ਦੋਸ਼ ਬਣਦਾ ਜੇਲ੍ਹ ਚ ਜਾਣਾ ਜੇਲ੍ਹ ਜਾਏ ਉਹਨੂੰ ਕੋਈ ਹੋਰ ਲੱਗਾ ਆ ਕੋਈ ਟੱਬਰ ਨੂੰ ਥੋੜੀ ਉਸ ਬੰਦੇ ਨੂੰ ਤੁਸੀਂ ਸਿਝਾ ਦਿੱਤੀ ਆ ਨਾ ਘਰ ਤੇ ਸਾਰਿਆਂ ਦਾ ਸਾਂਝਾ ਘਰ ਤੇ ਉਹਦੇ ਪਿਓ ਦਾਦੇ ਦਾ ਵੀ ਹੋ ਸਕਦਾ ਤੁਸੀਂ ਜੀ ਚੱਕ ਕੇ ਸਾਰੇ ਦਾ ਘਰ ਲਿਆ ਕੇ ਜਿ ਤਰ੍ਹਾਂ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਕਰ ਰਿਹਾ ਇਹ ਹੁਣੇ ਤੁਸੀਂ ਇਹੋ ਜਿਹਾ ਕੰਮ ਸ਼ੁਰੂ ਕੀਤਾ ਹੋਇਆ ਭਾਟਾ ਦਿਓ ਹਸਪਤਾਲ ਢਾ ਦਿਓ ਸਕੂਲ ਕਿਉਂਕਿ ਇੱਥੇ ਬੰਦੇ ਫਲਾਨੀ ਧਰਮ ਦੇ ਜਾਂ ਜਾਤ ਦੇ ਜਾਂ ਫਲਾਨੇ ਫਿਰਕੇ ਦੇ ਬੰਦੇ ਬੈਠੇ ਹੋਇਆ ਇਸ ਕਿਸਮ ਦਾ ਜਿਹੜਾ ਬੁਲਡੋਜ਼ਰ ਬਾਬਾ ਉਹਦੀਆਂ ਕੁਝ ਬ੍ਰੇਕਾਂ ਲਾਈਆਂ ਉਹਨਾਂ ਨੇ ਇਹ ਵੈਸੇ ਦੇ ਮੂੰਹ ਤੇ ਤਮਾਚਾ ਵਾਲੀ ਇਹੋ ਜੀ ਇਹੋ ਜੀ ਰਾਜਨੀਤੀ ਦੇ ਮੂੰਹ ਤੇ ਤਮਾਚਾ ਆ ਉਹਨਾਂ ਨੇ ਸਾਰੇ ਦੇਸ਼ ਨੂੰ ਇਹ ਇਨਸਟਰਕਸ਼ਨਾਂ ਕੱਢ ਰਿਆ ਕਿ ਕਿਤੇ ਵੀ ਕੱਲਾ ਯੂਪੀ ਬਿਹਾਰ ਜਾਂ ਮੱਧ ਪ੍ਰਦੇਸ਼ ਦੀ ਜਾਂ ਰਾਜਸਥਾਨ ਦੀ ਗੱਲ ਨਹੀਂ ਹੈ ਜਿੱਥੇ ਵੀ ਬਲਡੋਜ਼ਰ ਚੱਲਦੇ ਆ ਉਹ ਆਉਣ ਵਾਲੇ ਸਮੇਂ 'ਚ ਇਹਨੂੰ ਬੰਦ ਕੀਤਾ ਜਾਏ ਇਹਦਾ ਬਹੁਤ ਵੈਲਕਮ ਕਰਨਾ ਚਾਹੀਦਾ ਕਿਉਂਕਿ ਅੱਧੀ ਜਨਤਾ ਤੇ ਦੇਸ਼ ਦੀ ਇੰਨਾ ਗੱਲਾਂ ਤੋਂ ਡਰੀ ਰਹਿੰਦੀ ਸੀਗੀ ਕਿ ਯਾਰ ਸਾਨੂੰ ਕੋਈ ਓੰਜੀ ਤੁਰੇ ਜਾਂਦੇ ਨੂੰ ਨਾ ਕੋਈ ਕਹਿ ਜੇ ਤੇ ਕੈ ਜੇ ਕੈਦਤਾ ਤੇ ਫਿਰ ਘਰ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਂਦਾ ਵੀ ਘਰ ਉੱਥੇ ਹੋਊਗਾ ਵੀ ਕਿ ਨਹੀਂ ਹੋਊਗਾ ਇਹ ਹਾਲਤ ਬਣ ਗਈ ਸੀ ਯੂਪੀ ਚ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਸੀ ਇਸ ਗੱਲ ਦੀ ਔਰ ਬੜੇ ਮਾਣ ਨਾਲ ਕਹਿੰਦੇ ਸੀ ਢਾਕੇ ਕਿ ਕਿਉਂ ਕਰਤਾ ਸਾਹਿਬ ਫਿਰ ਵੀਡੀਓ ਬਣਾ ਬਣਾਏ ਭੇਜਦੇ ਸੀ ਦੂਰ ਨੇੜੇ ਇਹ ਜਿਹੜੀ ਇੱਕ ਅਣਮਨੁੱਖੀ ਜੀ ਪ੍ਰਥਾ ਬਣਦੀ ਜਾ ਰਹੀ ਸੀਗੀ ਉਸ ਨੂੰ ਚੰਗਾ ਸੁਪਰੀਮ ਕੋਰਟ ਨੇ ਥੋੜਾ ਰੈਪ੍ਰੀਮੈਂਡ ਵੀ ਕੀਤਾ ਇਸ ਗੱਲ ਦਾ ਉਹਨਾਂ ਨੇ ਝਾੜ-ਚਾਂ ਵੀ ਕੀਤੀ ਹੈ ਤੇ ਨਾਲੇ ਦਿੱਤੇ ਰੋਕ ਲਾ ਚੰਗੀ ਗੱਲ ਹੈ ਸਮਾਂ ਰਹਿੰਦੇ ਤੇ ਰੁਕ ਲਾਤੀ ਨਹੀਂ ਤਾਂ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਨੇ ਤੇ ਕਹਿਟਾਇਆ ਜਾਣਾ ਸੀ ਆਖਰੀ ਅਖੀਰ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਮੈਂ ਪੜ੍ਹੀ ਉਹਦੇ ਵਿੱਚ ਇੱਕ ਤਾਂ ਐਨਡੀਏ ਦੀ ਦਰਾਰ ਤੇ ਦੂਜੇ ਬੰਨੇ ਜਿਹੜਾ ਹਰਿਆਣੇ ਨੂੰ ਲੈ ਕੇ ਮਤਲਬ ਕਿ ਬੀਜੇਪੀ ਦੇ ਅੰਦਰ ਢਰ ਸਹਿ ਬਹੁਤ ਬਣਿਆ ਹੋਇਆ ਹੈ ਕਿ ਆਖਿਰਕਾਰ ਚੋਣਾਂ ਦੇ ਨਤੀਜੇ ਕੀ ਹੋਣਗੇ ਕਿਹੜਾ ਸਾਡਾ ਵਿਰੋਧੀ ਦਲ ਜਾਂ ਕਿਹੜਾ ਸਾਡੇ ਨਾਲ ਮਿਲਿਆ ਕਿਵੇਂ ਸਾਡੇ ਖਿਲਾਫ ਹੀ ਭੂਗਤ ਰਿਹਾ ਇਹ ਕਾਫੀ ਦਿਲਚਸਪ ਹੈ ਕਿ ਕਿਵੇਂ ਇਹਨਾਂ ਦੇ ਅੰਦਰ ਦਰਾਰ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਜੀਡੀਯੂ ਨੂੰ ਲੈ ਕੇ ਰਿਪੋਰਟ ਲੱਗੀ ਤੇ ਨਾਲ ਜਿਹੜਾ ਹਰਿਆਣੇ ਲਈ ਤਰੀਕ ਕਹਿੰਦੇ ਅੱਗੇ ਵਧਾਉਣੀ ਹੈ ਇਦਾਂ ਹੀ ਕਹਿੰਦੇ ਇੱਕ ਵਾਰੀ ਪੰਜਾਬ 'ਚ ਵੀ ਉਹ ਕੀਤਾ ਸੀਗਾ ਜਦੋਂ ਆਮ ਆਦਮੀ ਪਾਰਟੀ ਦੀ ਨੇਰੀ ਆਈ ਗੁਰੂ ਭਗਤ ਰਵਿਦਾਸ ਜੀ ਦੇ ਪੁਰਬ ਨੂੰ ਲੈ ਕੇ ਇਹਨਾਂ ਨੇ ਅੱਗੇ ਤਰੀਕਾ ਵਧਾਤੀਆਂ ਸੀਗੀਆਂ ਪਰ ਨਤੀਜੇ ਫਿਰ ਵੀ ਨਹੀਂ ਇਹਨਾਂ ਦੇ ਹੱਕ ਚ ਆਏ ਦੇਖੋ ਚਲੋ ਉਹ ਤੇ ਇੱਕ ਬਿਸ਼ਨੋਈਆਂ ਦਾ ਰਾਜਸਥਾਨ ਜਾਣਾ ਆ ਜੀ ਉਹਨਾਂ ਦੇ ਨਾਲ ਚੇਂਜ ਹੋ ਗਿਆ ਉਹਨਾਂ ਨੇ ਕਨਸਿਡਰ ਤੇ ਕੀਤਾ ਸੀਗਾ ਉਹ ਜਾਣਾ ਦੋ ਤਰੀਕ ਨੂੰ ਜਾਂ ਦੋ ਤਰੀਕ ਨੂੰ ਹੈਗਾ ਸਾਰਾ ਉੱਥੋਂ ਜੀ ਪਹਿਲਾਂ ਹੀ ਚਲੇ ਜਾਂਦੇ ਆ ਜੀ ਲੋਕ ਫਿਰ ਇੱਕ ਤਰੀਕ ਨੂੰ ਵੋਟਾਂ ਆ ਇਸ ਕਰਕੇ ਉਹਨੂੰ ਥੋੜਾ ਅੱਗੇ ਕਰੋ ਇਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਉਹ ਉਸ ਦਾ ਚਲੋ ਮੈਂ ਇਹਨੂੰ ਬਹੁਤ ਨਹੀਂ ਗੱਲ ਪਰ ਇਹ ਹੈਗੀ ਬੀਜੇਪੀ ਦੇ ਹੱਕ ਚ ਨਹੀਂ ਜਾਣੀ ਹੈ ਗੱਲ ਉਥੇ ਵੋਟਾਂ ਦੇ ਜਿੰਨਿਆਂ ਨੇ ਪਾਉਣੀਆਂ ਉਹਨਾਂ ਨੇ ਪਾਉਣੀਆਂ ਇਹਨਾਂ ਨੂੰ ਲੱਗਦਾ ਸ਼ਾਇਦ ਪਿਛਨੋਈ ਵੋਟਾਂ ਬਹੁਤ ਬਾ ਲੈਣਗੇ ਥੋੜੀਆਂ ਜਿਹਾ ਪੈ ਵੀ ਸਕਦੀਆਂ ਪਰ ਉਹਨੀਆਂ ਹੀ ਨੁਕਸਾਨ ਵੀ ਹੋ ਜਾਣਾ ਕਿਉਂਕਿ ਲੋਕਾਂ ਨੂੰ ਲੱਗਦਾ ਇਹ ਦੱਬੀ ਜਾਂਦੇ ਆ ਡਰ ਹੀ ਜਾਂਦੇ ਆ ਤੇ ਇਹ ਦੰਗਲ ਨੂੰ ਫੇਸ ਹੀ ਕਰਨ ਲਈ ਤਿਆਰ ਨਹੀਂ ਹੈ ਪੀਲਾਂ ਤੇਲੀਲਾਂ ਕਰ ਰਿਹਾ ਕਿ ਹਾਏ ਰੱਬਾ ਥੋੜੀ ਜਿਹਾ ਅੱਗੇ ਕਰ ਦੋ ਅੱਗੇ ਕਰ ਦੋ ਇਸ ਗੱਲ ਦਾ ਇਹ ਤੇ ਕਮਜ਼ੋਰੀ ਉਹਨਾਂ ਦੀ ਦਿਖ ਰਹੀ ਆ ਹਰਿਆਣੇ ਦੇ ਵਿੱਚ ਜਿਹੜੀ ਗੱਲ ਬਿਰਾੜਦੀ ਹੈ ਨਾ ਮੈਨੂੰ ਸੋਬਰਮਨਿਅਮ ਸਮਾਮੀ ਨਾ ਐਮਪੀ ਹੈਗਾ ਤੁਹਾਨੂੰ ਪਤਾ ਹੋ ਕੋਈ ਨਾ ਕੋਈ ਛੁਰਲੀ ਛੱਡਦਾ ਹੁੰਦਾ ਉਹ ਵੀ ਆਪਣੀ ਕਿਸਮ ਦਾ ਹੀ ਇੱਕ ਕੈਰੈਕਟਰ ਹੈ ਤੇ ਬਹੁਤ ਪੜਿਆ ਲਿਖਿਆ ਬੰਦਾ ਹੈ ਸਿਆਣਾ ਲਿਖਦਾ ਵੀ ਰਹਿੰਦਾ ਹੈ ਮਤਲਬ ਵੈਸੇ ਕੋਈ ਉਹਦੇ ਚ ਕਮੀ ਨਹੀਂ ਹੈ ਪਰ ਉਹਦਾ ਤਰੀਕਾ ਜਿਹੜਾ ਨਾ ਉਹ ਗੱਲ ਕਰਦਾ ਉਹ ਇਹਨਾਂ ਨੇ ਮੋਦੀ ਜੀ ਨੂੰ ਸੁਝਾ ਦਿੱਤਾ ਸੀਗਾ ਵੀ ਜਾਂ ਤੇ ਤੁਸੀਂ ਆਪਣੇ 75ਵੇਂ ਸਾਲ ਜਦੋਂ ਉਹਨਾਂ ਦੇ 75 ਸਾਲਾਂ ਦੇ ਹੋ ਜਾਣਾ ਉਦੋਂ ਛੱਡ ਦਿਓ ਨਹੀਂ ਤੇ ਤੁਹਾਡਾ ਭੋਗ ਵੈਸੇ ਹੀ ਪਾ ਦੇਣਾ ਲੋਕਾਂ ਨੇ ਵੀ ਤੁਹਾਨੂੰ ਰਹਿਣ ਨਹੀਂ ਦੇਣਾ ਉਦੋਂ ਬਾਅਦ ਪ੍ਰਧਾਨ ਮੰਤਰੀ ਉਨੇ ਇੱਕ ਬਲ ਇਸ ਪੱਧਰ ਦੇ ਵੱਡੇ ਵੱਲੋਂ ਇਹ ਗੱਲਾਂ ਨਜ਼ੂਮ ਲਾ ਕੇ ਕਿ ਆਸਰਾਈਆਂ ਲਾ ਕੇ ਜਾਂ ਜਿਤਨਾ ਟੇਵਾ ਲਾ ਕੇ ਦੱਸਣਾ ਹੈ ਵੱਡੀ ਗੱਲ ਹੈ ਟੇਵਾ ਇਹੀ ਹੈ ਜਿਹੜੀ ਤੁਸੀਂ ਸਵਾਲ ਖੜਾ ਕਰ ਰਹੇ ਹੋ ਉਹ ਇਹੀ ਕਿ ਦੇਖੋ ਜੇਡੀ ਯੂਥ ਘੱਟੋ ਘੱਟ ਜਿਹੜਾ ਹੈ ਨਾ ਉਹਨਾਂ ਦਾ ਉਹਦੀ ਬਹੁਤ ਵੱਡੀ ਫਾਲੋਇੰਗ ਮੁਸਲਮਾਨਾਂ ਚ ਹੈ ਇਹ ਮੁਸਲਮਾਨਾਂ ਨੂੰ ਚਾਰ ਗੱਲਾਂ ਉਹਨਾਂ ਦੇ ਵਿਰੁੱਧ ਕਾਨਾ ਫੂਸੀ ਕੀਤਿਆਂ ਬਗੈਰ ਜਾਂ ਓਪਨਲੀ ਕੁਝ ਬੋਲਿਆਂ ਬਗੈਰ ਇਹਨਾਂ ਨੂੰ ਸ਼ਾਮ ਨੂੰ ਖਾਣਾ ਹਜਮ ਨਹੀਂ ਹੁੰਦਾ ਬੀਜੇਪੀ ਉਹ ਚੱਲੇ ਕਿਵੇਂ ਉਹਨਾਂ ਦੀਆਂ ਵੋਟਾਂ ਟੁੱਟਦੀਆਂ ਐ ਇਸ ਲਈ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਐਸ ਕੀ ਲਗਾਮ ਸਾਡੇ ਕੋਲੇ ਅੱਗੇ ਤੇ ਸਾਡੇ ਕੋਲ ਲਗਾਮ ਸੀਗੀ ਨਹੀਂ ਜਿੱਦਾਂ ਨੂੰ ਖਿੱਚੀ ਫਿਰਦੇ ਸੀ ਰੇੜੇ ਪਿੱਛੇ ਵੱਧਿਆ ਸੀ ਤਰਪੀ ਸਿੰਘ ਤੇ ਘੋੜਾ ਵੱਧਾ ਹੁੰਦਾ ਜੀ ਡੀਜੀ ਨੂੰ ਹੁਣ ਟਾਂਗਾ ਤੇ ਘੋੜਾ ਤੇ ਇੰਨਾ ਦਾ ਹੀ ਹੈਗਾ ਆ ਪਰ ਲਗਾਮ ਉਹਨਾਂ ਨੇ ਫੜੀ ਐ ਵਿੱਚੇ ਉਹ ਤਾਮਿਲਨਾਡ ਆਂਧਰਾ ਵਾਲੇ ਨੇ ਫੜੀ ਐ ਹਾਂ ਤੇ TDP ਨੇ ਵਿੱਚੇ ਜਿਹੜੀ ਯੂਨੇ ਫੜੀ ਐ ਇਹ ਦੋ ਵਹਿਕ ਪਾਸੇ ਉਹ ਬਹਿ ਜਾਂਦੇ ਇੱਕ ਉਹਦੇ ਚ ਚਿਲਾਉਣ ਲੱਗ ਪੈਂਦੇ ਉਹ ਜਿੱਦਣ ਨੂੰ ਮਰਜ਼ੀ ਲੈ ਜਾਣਾ ਇਸ ਵੇਲੇ ਉਹਨਾਂ ਦੀ ਇੰਨੀ ਕੁ ਪਾਵਰ ਤੇ ਹੈਗੇ ਇੰਨੇ ਕੁ ਬੰਦੇ ਅੰਦਰ ਹੈਗੇ ਪਾਰਲੀਮੈਂਟ ਦੇ ਇਸ ਕਰਕੇ ਇਹ ਜਿਹੜਾ ਕਮਜ਼ੋਰੀ ਅੰਦਰੋਂ ਵਾ ਉਹਦੇ ਮੁੱਖ ਕਾਰਨ ਇਹੀ ਹੈ ਉਹਨੇ ਇਹਨਾਂ ਨੇ ਕੁਝ ਕੋਈ ਵਿਰੁੱਧ ਬੋਲਿਆ ਦੋ ਚਾਰ ਇਸ਼ੂਜ਼ ਦੇ ਉੱਤੇ ਉਹਨੇ ਸਾਰੇ ਦੇ ਸਾਰੇ ਇਸ਼ੂਜ਼ ਜਿਦ ਤਰਾ ਯੂਨੀਫਾਰਮ ਸਿਵਲ ਕੋਡ ਦਾ ਕਹਿ ਲਓ ਜਾਂ ਸੀਏ ਦਾ ਕਹ ਲਓ ਉਹ ਜਿਹੜੀਆਂ ਗੱਲਾਂ ਜਿਹੜੀਆਂ ਵੀ ਐਂਟੀ ਮੁਸਲਮ ਬੀਜੇਪੀ ਲੈ ਕੇ ਆਉਂਦੀ ਹੈ ਉਹ ਉਹਦੇ ਉਹ ਵਿਰੁੱਧ ਬੋਲਦਾਰ ਆ ਤੇਰ ਬੀਜੇਪੀ ਨੇ ਕੀ ਆ ਹੁਣਾ ਉਹਨੂੰ ਨਿਤਿਸ਼ ਕੁਮਾਰ ਨੂੰ ਭਾਈ ਤੁਹਾਡਾ ਚੀਫ ਸਪੋਕਸਮੈਨ ਤੇ ਕੁਝ ਹੋਰ ਕਹਿੰਦਾ ਤਾ ਤੁਸੀਂ ਸਾਡੇ ਨਾਲ ਕੋਈ ਗੰਢ ਧੁੱਪ ਰੱਖਣਾ ਜਾਂ ਤੁਸੀਂ ਬਗਾਵਤ ਦਾ ਝੰਡਾ ਚੁੱਕਣਾ ਉਹਨੇ ਫਿਰ ਥੋੜਾ ਜਿਆ ਕਿਆ ਹੁਣਾ ਜਿਵੇਂ ਕਹਿੰਦੇ ਆ ਬਾਤ ਕਰ ਲਾਂਗੇ ਉਹ ਬਾਤ ਕਰਨ ਨਾਲ ਉਹਨੂੰ ਕਿਹਾ ਤੂੰ ਯਾਰ ਬਸ ਕਰ ਛੱਡ ਦੇ ਕਿਉਂ ਚੀਫ ਸਪੋਕਸਮੈਨ ਛੱਡ ਦੇ ਉਹਨੂੰ ਹੁਣ ਬੋਲਣੋਂ ਹਟਾ ਦਿੱਤਾ ਆ ਝਾਹ ਨੂੰ ਝਾਹੀ ਹੈ ਨਾ ਕੀ ਨਾ ਆ ਉਹਦਾ ਉਹਨਾਂ ਦਾ ਮੇਰੇ ਵੀ ਹਮ ਮੇਰੇ ਖਿਆਲ ਚ ਮੇਰੇ ਨਾਮ ਨੇ ਚੇਤੇ ਆ ਰਿਹਾ ਬੁਲਾਰਾ ਮੈਂ ਬੜਾ ਪਪੂਲਰ ਚਿਹਰਾ ਆ ਮਤਲਬ ਨਾਂ ਤੋਂ ਕੀ ਲੈਣਾ ਉਹਨਾਂ ਦਾ ਚੀਫ ਸਪੋਕਸਮੈਨ ਸੀ ਬੜਾ ਵਧੀਆ ਬੰਦਾ ਆ ਤੇ ਉਸਨੇ ਹੁਣ ਇਸ ਗੱਲੋਂ ਚੀਫ ਸਪੋਕਸਮੈਨ ਦਾ ਤੋ ਹਟਾਤਾ ਨਾ ਆਪਣਾ ਵਿੱਚੋਂ ਉਹ ਜੋ ਪਾਰਟੀ ਦੇ ਨਾਲ ਰਹਿਣਗੇ ਪਾਰਟੀ ਦੇ ਨਾਲ ਹੀ ਡੱਟ ਕੇ ਕੰਮ ਕਰਨਗੇ ਇਹ ਮੈਂ ਤੁਹਾਨੂੰ ਗੱਲ ਦੱਸਦਾ ਨਵੰਬਰ 2025 ਚ ਮੈਂ ਵੀ ਟੇਬਲ ਆ ਦਿਆਂ ਉਹਨਾਂ ਦਾ ਨਾਂ ਹੈ ਕੇਸੀ ਤਿਆਗੀ ਸੌਰੀ ਹਾਂ ਕੇਸਿਤਿਆ ਕੀ ਚਾਹ ਨਹੀਂਦਾ ਕੇਸਿਤਿਆ ਕੀ ਇਹ ਪ੍ਰਾਣਾਇ ਬੜਾ ਪ੍ਰਾਣਾਇ ਜਿਹੜੀ ਸੋਸ਼ਲਿਸਟ ਹੈਗਾ ਇਹ ਜਨਤਾਦਲ ਚਲੋ ਫਿਰ ਯੂਨਾਈਟਿਡ ਬਣ ਗਿਆ ਉਸ ਕਿਸਮ ਦੇ ਸਾਰੇ ਲੋਕ ਉਸੇ ਚੋ ਜਿਹੜੀ ਸੀਗੀ ਨਾ ਜੇਪੀ ਮੂਵਮੈਂਟ ਸਾਰੇ ਉਸੇ ਚੋਂ ਨਿਕਲੇ ਵਿੱਚ ਹੀ ਸਪਾ ਵਾਲੇ ਤੇ ਵਿੱਚ ਹੀ ਆਰਜीडी ਸਾਰੇ ਉਸੇ ਦੀਆਂ ਬ੍ਰਾਂਚਟ ਹੈਗੀਆਂ ਤਾਂ ਜਿਹੜੀ ਇਹ ਜਿਹੜੀ ਨਵੰਬਰ 2025 ਚ ਬਿਹਾਰ ਦੀ ਇਲੈਕਸ਼ਨ ਹੋ ਜਾਣੀ ਆ ਉਹਨਾਂ ਨੇ ਉਦੋਂ ਤੱਕ ਟਾਈਮ ਕੱਢਣਾ ਕਿ ਦਿੱਲੀ ਤੋਂ ਪੈਸੇ ਲੈਣੇ ਆ ਬਾਹਮ ਰੋਟਨੀ ਆ ਸਪੈਸ਼ਲ ਪੈਕੇਜ ਦਿਓ ਆ ਦਿਓ ਆ ਦਿਓ ਲੋਕਾਂ ਨੂੰ ਖੁਸ਼ ਕਰਨਾ ਪੈਸਾ ਆਪਣੇ ਹਿਸਾਬ ਨਾਲ ਵੰਡਣਗੇ ਕੋਈ ਪੁਲ ਬਣਾਉਣਗੇ ਜਿਹੜੇ ਅਗਲੇ ਦਿਨ ਟੁੱਟ ਜਾਣਗੇ ਪੈਸਾ ਹੀ ਵੰਡਣਾ ਲੋਕਾਂ ਨੂੰ ਭਾਈ ਜੇ ਦੋ ਦਿਨ ਮਹੀਨਿਆਂ ਚ 14 ਪੁਲ ਟੁੱਟਦੇ ਵੇ ਪੁਲੇ ਤੇ ਮਿਹਨਤ ਲੱਗਦਾ ਇਹਨਾਂ ਲੋ ਤਾਂ ਕਿਤੇ ਘਾ ਦੇ ਬਣੇ ਵੀ ਪੁਲ ਜਿਆਦਾ ਸਖਤ ਹੁੰਦੇ ਹੋਣੇ ਇਹਦੇ ਸੀਮਿੰਟ ਦੇ ਤੇ ਪੱਥਰ ਦੇ ਤੇ ਦੇਖੋ ਲੋਹੇ ਦੇ ਬਣੇ ਇਸ ਤਰ੍ਹਾਂ ਪੁਲ ਟੁੱਟਦੇ ਹੁੰਦੇ ਆ ਕਿਤੇ ਇੱਕ ਅੱਧਾ ਕਰੈਕ ਹੋ ਗਿਆ ਦੋ ਹੋ ਗਏ ਵੀ ਚਲੋ ਕੋਈ ਗੱਲ 14 ਇਹਦਾ ਮਤਲਬ ਇੱਕ ਵੱਡੀਆਂ ਹੀ ਸਾਰਾ ਕਾਮੀ ਦੋ ਨੰਬਰੀ ਆ ਪੈਸੇ ਉਹਨਾਂ ਨੇ ਕਾਫੀ ਲੈ ਜਣੇ ਆ ਗਰੀਬ ਜੇ ਕਾਫੀ ਹਿੱਸੇ ਹੈਗੇ ਉਹ ਵੰਡ-ਬੰਡ ਕੇ ਉਹਨਾਂ ਨੇ ਆਪਣਾ ਟਾਈਮ ਕੱਢਣਾ ਉਦੋਂ ਬਾਅਦ ਛਡਾਪੇ ਚੱਕਿਆ ਜਾਣਾ ਇਹ ਆ ਸਾਰਾ ਕੁਝ ਉਹ ਫਿਰ 75ਵੇਂ ਸਾਲ ਨਾਲ ਵੀ ਰਲ ਜਾਣਾ ਤੇ ਇਧਰ ਵੀ ਰਲ ਜਾਣਾ ਸੁਬਰਾਮਣੀਅਮ ਸਵਾਮੀ ਵੀ ਸੱਚਾ ਹੋ ਜਾਣਾ ਤੇ ਇਹ ਜਿਹੜੀ ਦਿਫਾੜ ਦੀਆਂ ਗੱਲਾਂ ਚੱਲੀਆਂ ਇਹ ਚਲਾਈਆਂ ਗਈਆਂ ਐਵੇਂ ਨਹੀਂ ਤਾਂ ਕਿ اچانک ਨਾ ਲੋਕਾਂ ਨੂੰ ਲੱਗੇ ਕਿ ਆ ਕੀ ਹੋ ਗਿਆ ਫਲਾਣੇ ਨੇ ਬੁਰਾ ਕੰਮ ਕਰਤਾ ਹੌਲੀ 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 ਹਲੂਣਾ ਜਿਆ ਦੇ ਕੇ ਉਦੋਂ ਤੱਕ ਜਿਹੜਾ ਦਰਖਤ ਹੈ ਉਹਨੂੰ ਸੁਕਾ ਦੇਣਗੇ ਫਸ ਫਿਰ ਅੱਗੇ ਕੀ ਅੱਗੇ ਤੇ ਗਾਂ ਔੜੀ ਔੜਿਆ ਫਿਰ ਦੇਖਦੇ ਆ ਉਦੋਂ ਤੱਕ ਬਾਕੀ ਆਈਐਨਡੀਆ ਇਹਦਾ ਕੀ ਬਣਦਾ ਜੇ ਟੀਡੀਪੀ ਦਾ ਕੀ ਬਣਦਾ ਤੇ ਹੋਰ ਨਾਲ ਲੋਕਾਂ ਦਾ ਕੀ ਬਣਦਾ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ੍ਰਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੀ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ